ਸਵਾਗਤ ਹੈ ਜੀ ਤੁਹਾਡਾ ਮੁੜ ਤੋਂ ਰੇਡੀਓ ਵਰਸਾਇਨ ਜ਼ੈਡ 107 ਐਫਐਮ ਪ੍ਰੋਗਰਾਮ ਪੱਖ ਦੇ ਮਸਲੇ ਵਿੱਚ। ਐਤਵਾਰ ਹੈ ਜੀ, ਅੱਜ 11 ਮਾਰਚ ਹੈ ਅਤੇ ਇਸ ਵੇਲੇ ਸਾਡੇ ਕੋਲ 4:17 ਹੋ ਗਿਆ। ਪ੍ਰਭਦੀਪ ਦੀ ਕਿਸਮਤ ਆ ਜੀ, 43 ਮਿੰਟ ਬਚੇ ਆ ਪ੍ਰਭਦੀਪ ਬਾਰੇ ਗੱਲਬਾਤ ਕਰਨ ਲਈ। ਪਰ ਵੈਸੇ ਜਿਹੜੀਆਂ ਗੱਲਾਂ ਪਹਿਲਾਂ ਵੀ ਹੋਈਆਂ, ਹਾਂਜੀ, ਉਹ ਵੀ ਪ੍ਰਭਦੀਪ ਬਾਰੇ ਹੋਈਆਂ। ਆਧਾਰ ਜਿਹੜਾ ਆ ਸਾਡੀ ਗੱਲ ਦਾ, ਉਹ ਜਾਗਰੂਕ ਲਾਣਾ ਜਿਹੜਾ ਸਾਡਾ, ਠੀਕ ਹੈ, ਵਿਸ਼ਾ ਜਿਹੜਾ ਆ ਉਹੀ ਆ ਸਾਡਾ, ਭਈ ਇਹ ਇਹ ਸੋਚਦੇ ਕਿੱਦਾਂ ਆ ਜੀ, ਅਸਲ ਚ ਹੈ ਕੀ ਆ। ਜਿੰਨਾ ਚਿਰ ਜਿਹੜਾ ਨਾ ਧਰਮ ਦੇ ਨਾਂ ਦੇ ਉੱਤੇ ਜਿਹੜਾ ਪਿਆ ਗਲਵਾ ਆ ਹਰੇਕ ਸਮੇਂ ਦੇ ਵਿੱਚ ਘਰ ਆ, ਹਾਂਜੀ, ਘਰ ਤੁਸੀਂ ਜਿੱਦਾਂ ਮਰਜ਼ੀ ਮਤਲਬ ਜੋੜੇ ਲਾ ਕੇ ਜਾਓ ਅੰਦਰ, ਤੇ ਹਨੇਰੀ ਦੇ ਵਿੱਚ ਹਵਾ ਦੇ ਵਿੱਚ ਤਾਕੀਆਂ ਨਾ ਖੋਲਿਓ, ਠੀਕ ਆ, ਠੀਕ ਆ, ਕੱਪੜੇ ਸਾਰੇ ਜਿਹੜੇ ਧੋਣੇ ਵਾਲੇ ਆ ਗਰਾਜ ਵਿੱਚ ਲਿਜਾ ਕੇ ਉੱਥੇ ਲਾਉਂਡਰੀ ਚ ਰੱਖ ਦਿਓ, ਮਸ਼ੀਨ ਚ ਪਾ ਦਿਓ ਸਿੱਧੇ, ਹਾਂਜੀ, ਹੋਰ ਮਿੱਟੀ ਘੱਟਾ ਅੰਦਰ ਆਉਣ ਦਾ ਕੋਈ ਸਾਧਨ ਰੱਖਿਓ, ਫਿਰ ਵੀ ਤੁਹਾਨੂੰ ਹਫ਼ਤੇ ਬਾਅਦ ਸਫਾਈ ਕਰਨੀ ਪੈਣੀ ਆ, ਠੀਕ ਹੈ ਜੀ, ਠੀਕ ਆ, ਇਹ ਟਾਈਮ ਟੂ ਟਾਈਮ ਹੁੰਦਾ ਹੀ ਆ, ਜਾਣੀ ਜਦੋਂ ਵੀ ਜਿਹੜਾ ਜਿਹੜੇ ਵੀ ਜਾਣੀ ਜਾਗਰੂਕ ਹੋਣਾ ਮਤਲਬ ਅਵੇਅਰ ਹੋਣਾ, ਅਵੇਅਰ ਹੋਣਾ, ਠੀਕ ਆ, ਫਿਰ ਉਹ ਜਿਹੜਾ ਵੀ ਬੰਦਾ ਇੱਦਾਂ ਅਵੇਅਰ ਹੈਗਾ ਆ ਵੀ ਟਾਈਮ ਪਾ ਕੇ ਉਹ ਗੱਲਾਂ ਜਿਹੜੀਆਂ ਜਿਹੜੀ ਕਮਿਊਨੀਕੇਸ਼ਨ ਦੀ ਗੱਲ ਕਰਦੇ ਆ ਆਪਾਂ, ਠੀਕ ਹੈ, ਵੀ ਤੁਸੀਂ ਸਟੇਟਮੈਂਟ ਦਿੰਦੇ ਆ, ਉਹ ਸਟੇਟਮੈਂਟ 10, 15, 20, 50 ਬੰਦੇ ਕੋਲ ਜਾਂਦੀ ਜਾਂਦੀ ਕੀ ਤੇ ਕੀ ਬਣ ਜਾਂਦੀ ਆ, ਹਾਂਜੀ, ਠੀਕ ਆ, ਤੁਸੀਂ ਜਿਹੜੀ ਬੋਡੀ ਲੈਂਗੁਏਜ ਆ ਤੁਹਾਡੀ ਜੋ ਤੁਸੀਂ ਕਹਿਣਾ ਚਾਹੁੰਦੇ ਆ, ਹਨਾ, ਹੁਣ ਉਹ ਜਿਹੜੀ ਆਪਾਂ ਵੀਡੀਓ ਦੀ ਗੱਲ ਕਰਦੇ ਸੀ ਉਹ ਚ ਇੰਸਟਰਕਟਰ ਇੱਕ ਬੰਦੇ ਨੂੰ ਕਹਿ ਰਿਹਾ ਆ ਵੀ ਤੂੰ ਨਾ ਜਿਹੜਾ ਤੇਰੇ ਮੂਹਰੇ ਬੈਠਾ ਆ, ਮੂਹਰੇ ਖੜਾ ਆ, ਵੀ ਅੱਜ ਦਾ ਮੈਂ ਤੈਨੂੰ ਇਸ਼ਾਰਾ ਕਰਨ ਲੱਗਾ, ਇੱਦਾਂ ਹੀ ਉਹਨੂੰ ਦੱਸ, ਠੀਕ ਹੈ, ਉਹਨੂੰ ਦੱਸਦਾ ਆ ਗਾਹਾਂ ਉਹਨੂੰ ਦੱਸਦਾ ਆ, ਠੀਕ ਆ, ਥੋੜੇ ਟਾਈਮ ਤੇ ਜਾ ਕੇ ਜਾਣੀ 15ਵੇਂ ਕੋ ਬੰਦੇ ਕੋ ਜਾ ਕੇ ਨਾ ਕਰਨਾ ਤਾਂ ਉਦੋਂ ਇੱਦਾਂ ਸੀ ਭਈ ਉਹ ਇਸ਼ਾਰਾ ਕਰਕੇ ਮੁਰਲੇ ਨੂੰ ਉਹਦੀ ਪਿੱਠ ਨੂੰ ਹੱਥ ਲਾਉਣਾ ਸੀ, ਉਹਨੂੰ ਦੇਖਣਾ ਸੀ ਪਿੱਛੇ ਨੂੰ, ਇਸ਼ਾਰਾ ਕਰਨਾ ਸੀ ਉਹਨੇ 15ਵੇਂ ਕੋ ਬੰਦੇ ਕੋ ਜਾ ਕੇ ਜਿਹੜਾ ਬੰਦਾ ਖੜਾ ਨਾ ਜਿਹੜਾ ਪਿੱਛੇ ਨੂੰ ਮੂੰਹ ਕਰਕੇ ਦੱਸ ਰਿਹਾ ਆ ਉਹ ਦੂਜੇ ਨੂੰ ਦੱਸ ਕੇ ਉਹਨੂੰ ਮੂੰਹੇ ਘੁਮਾ ਲਿਆ ਆਪਣਾ, ਅੱਛਾ, ਮਤਲਬ ਖੜੇ ਤਾਂ ਸਾਰੇ ਇੱਕ ਪਾਸੇ ਨੂੰ ਮੂੰਹ ਕਰਕੇ ਸੀ, ਠੀਕ ਆ, ਹੁਣ ਮੈਂ ਕੀ ਕਰਨਾ, ਮੈਂ ਮੋਰਲੇ ਨੂੰ ਹੱਥ ਲਾ ਕੇ ਉਹਨੂੰ ਦੱਸਣਾ ਆ ਵੀ ਤੂੰ ਮੋਰਲੇ ਨੂੰ ਦੱਸ ਦੇ, ਖੜੇ ਤਾਂ ਉੱਧਰ ਹੀ ਰਹਿਣਾ, ਹਾਂਜੀ, 15ਵੇਂ ਬੰਦੇ ਨੂੰ ਇਹ ਚੇਤਾ ਭੁੱਲ ਗਿਆ, ਉਹਨੂੰ ਮੂੰਹ ਵੀ ਪਿੱਛੇ ਨੂੰ ਕਰ ਲਿਆ, ਉਹ ਤੋਂ ਬਾਅਦ ਸਾਰੇ ਮੂੰਹ ਵੀ ਘੁਮਾਉਣ ਲੱਗ ਪਿਆ ਪਿੱਛੇ, ਜਾਣੀ ਸ਼ੁਰੂ ਕਾਰ ਦੇ ਇਸ਼ਾਰੇ ਤੋਂ ਕਰਦੇ, ਅਖੀਰ ਤੇ ਮੋਟਰਸਾਈਕਲ ਜਿਹਾ ਬਣ ਜਾਂਦਾ, ਜਾਣੀ ਗਾਹਾਂ ਜਾ ਕੇ ਤਾਂ ਮੋਟਰਸਾਈਕਲ ਤੋਂ ਵੀ ਥੱਲੇ ਦੌੜਨ ਲੱਗ ਪਿਆ, ਇੱਕ ਨੇ ਜਿੱਦਾਂ ਸਕੂਟਰ ਦੇ ਕਿੱਕ ਨੀ ਮਾਰੀ ਦੀ, ਇੱਕ ਨੇ ਇੱਕ ਮਾਰੀ, ਉਹ ਜਦੋਂ ਉਹ ਤੋਂ 3-4 ਬਾਅਦ ਜਾ ਕੇ 2-3 ਮਾਰ ਦਿੱਤੀਆਂ, ਉਹ ਗਾਹਾਂ ਸਾਰੇ 2-3 ਵਾਰੀ ਏਦਾਂ ਦਾ ਕਰਨ ਲੱਗ ਪਏ ਦੌੜਨ ਲੱਗ ਪਏ। ਹੁਣ ਧਰਮ ਚ ਸਾਡੇ ਕੀ ਜਾਣੀ 300 ਸਾਲ ਪਿੱਛੇ ਵੀ ਕੋਈ ਨੀ, ਹਾਂ, ਉਹ ਜਿਹੜੀ ਆਪਾਂ ਉਦੋਂ ਗੱਲ ਕਰਨ ਲੱਗੇ ਸੀ ਭਈ ਗੁਰੂ ਅੰਗਦ ਦੇਵ ਜੀ ਕਰਤਾਰਪੁਰ ਜਾ ਕੇ ਉਹਨੂੰ ਕੁਛ ਸੁਧਾਰਨ ਦੀ ਕੋਸ਼ਿਸ਼ ਨੀ ਕੀਤੀ, ਇੱਦਾਂ ਹੀ ਆ, ਠੀਕ ਆ, ਉੱਥੇ ਜਾਣੀ ਕਰਤਾਰਪੁਰ ਦੇ ਉੱਤੇ ਜਿਹੜਾ ਕਬਜ਼ਾ ਸੀ ਨਾ ਉਹ ਉਹਨਾਂ ਦਾ ਰਿਹਾ। ਅੰਮ੍ਰਿਤਸਰ ਸਾਡੇ ਲਈ ਸਭ ਤੋਂ ਵੱਡੀ ਐਗਜ਼ਾਮਪਲ ਆ ਜੀ, 10ਵੇਂ ਪਾਤਸ਼ਾਹ ਤੱਕ ਕੋਈ ਵੀ ਉੱਥੇ ਨਹੀਂ ਗਿਆ, ਬਿਲਕੁਲ, ਤੇ ਹੁਣ ਤੁਸੀਂ 10ਵੇਂ ਪਾਤਸ਼ਾਹ ਆਨੰਦਪੁਰ ਸਾਹਿਬ ਛੱਡ ਕੇ ਚਲ ਗਏ, ਉੱਥੇ ਸੀਗਾ ਕੋਈ ਨਹੀਂ ਜੋ ਗੁਰੂ ਸਾਹਿਬ ਨੇ ਕੀਤਾ ਜਿਹੜਾ ਉਹਨੂੰ ਸੰਭਾਲਦਾ ਹੋਵੇ, ਨਹੀਂ ਨਾ। ਹੁਣ ਉਹ ਤੋਂ ਬਾਅਦ ਸਿੱਖਾਂ ਲਈ ਸੱਚਖੰਡ ਕਿਹੜਾ ਬਣਿਆ? ਹਜ਼ੂਰ ਸਾਹਿਬ, ਜਿਹਦੀ ਥਾਂ ਹੀ ਉਦੋਂ ਬਣੀ ਜਦੋਂ 10ਵੇਂ ਪਾਤਸ਼ਾਹ ਜੋਤੀ, ਸਾਨੂੰ ਸਾਡੇ ਲਈ ਬਣੀਆਂ ਹੀ ਉਹ ਹਜ਼ੂਰ ਤਾਂ ਆ ਤੇ 10ਵੇਂ ਪਾਤਸ਼ਾਹ ਜੋਤੀ ਜੋ ਸਮਾਏ ਆ, ਮਤਲਬ ਜੋ ਕੁਛ ਉੱਤੇ ਬਿਲਡ ਹੋਇਆ ਜੋ ਬਣਿਆ ਜਿਹੜੀ ਮਰਿਆਦਾ ਆ ਉਹਦਾ 10ਾਂ ਪਾਤਸ਼ਾਹੀਆਂ ਦੇ ਨਾਲ ਕੋਈ ਵੀ ਸੰਬੰਧ ਨਹੀਂ। ਆਹੋ, ਦੇ ਨਾਲ ਜੁੜਨ ਦਾ ਏਦੋ ਵੱਡਾ ਸਬੂਤ ਕਹਿ ਲਈ ਹੋਰ ਹੋ ਨਹੀਂ ਸਕਦਾ, ਜਿੱਦਾਂ ਅਸੀਂ ਜੁੜੇ ਆ ਜਾਣੀ ਗੁਰੂ ਸਾਹਿਬ ਦੇ ਜੀਂਦੇ ਜੀ ਉਹ ਕੀ ਕਰਦੇ ਸੀ, ਉਹ ਸਾਡੇ ਕੋਲ ਕਰਤਾਰਪੁਰ ਸੀਗਾ ਜਿੱਥੇ 9 ਪਾਤਸ਼ਾਹੀਆਂ ਚ ਕੋਈ ਨਹੀਂ ਗਿਆ, ਨਹੀਂ ਗਿਆ। ਸਾਡੇ ਕੋਲ ਗੁਰੂ ਸਾਹਿਬ ਜੀਂਦੇ ਜੀ ਕੀ ਕਰਦੇ ਸੀ? ਸਾਡੇ ਕੋਲ ਸਬੂਤ ਸੀ ਖਡੂਰ ਸਾਹਿਬ, ਉਹਦੇ ਚ 8 ਪਾਤਸ਼ਾਹੀਆਂ ਚ ਕੋਈ ਨੀ ਗਿਆ, ਗੋਇੰਦਵਾਲ 7 ਪਾਤਸ਼ਾਹੀਆਂ ਚ ਕੋਈ ਨੀ ਗਿਆ, ਅੰਮ੍ਰਿਤਸਰ ਪਿਛਲੀਆਂ 5 ਚ ਜਦੋਂ 6ਵੇਂ ਪਾਤਸ਼ਾਹ ਛੱਡ ਕੇ ਆ ਗਏ ਆ ਕੋਈ ਨੀ ਗਿਆ। ਆਨੰਦਪੁਰ ਲਈ ਹੁਣ ਦੱਸੋ ਵੀ 10ਵੇਂ ਪਾਤਸ਼ਾਹ ਜਦੋਂ ਛੱਡ ਕੇ ਚੱਲ ਗਏ ਆ ਫਿਰ ਕੌਣ ਸੀ ਉੱਥੇ ਜਿਹੜਾ ਮਰਿਆਦਾ ਦੇਖਦਾ ਸੀ? ਕੋਈ ਵੀ ਨਹੀਂ ਆ, ਠੀਕ ਹੈ। ਸਾਡੇ ਲਈ ਤਖ਼ਤ ਬਾਅਦ ਵਿੱਚ ਬਣੇ ਆ, ਜਾਣੀ ਸਾਰਾ ਕੁਛ ਬਾਅਦ ਵਿੱਚ ਬਣੇ ਆ। ਹੁਣ ਜਿਹੜੇ ਅੱਜ ਅਕਾਲ ਤਖ਼ਤ ਨੂੰ ਕਹਿੰਦੇ ਆ ਵੀ ਸਾਡੇ ਲਈ ਸਿਧਾਂਤ ਆ ਅਕਾਲ ਤਖ਼ਤ ਇੱਦਾਂ ਆ ਫਲਾਨਾ ਆ, ਉਹ ਇਹ ਦੱਸਣ ਵੀ 4 ਪਾਤਸ਼ਾਹੀਆਂ 7ਵੇਂ, 8ਵੇਂ, 9ਵੇਂ, 10ਵੇਂ ਪਾਤਸ਼ਾਹ ਦੇ ਟਾਈਮ ਕੀ ਉੱਥੋਂ ਫੈਸਲਾ ਹੋਇਆ ਕੋਈ? ਨਹੀਂ। ਜੇ ਏਡਾ ਲੰਬਾ ਟਾਈਮ ਗੁਰੂ ਸਾਹਿਬ ਹੋਰ ਕਿਤੇ ਬਹਿ ਕੇ ਫੈਸਲੇ ਕਰ ਸਕਦੇ ਆ, ਸਾਡੇ ਲਈ ਕਾਹਤੇ ਮਹਾਨ ਬਣ ਗਿਆ? ਬਿਲਕੁਲ,
ਠੀਕ ਹੈ। ਹੁਣ ਇਹ ਇਹ ਚੀਜ਼ ਸਾਨੂੰ ਦੇਖਣੀ ਪੈਣੀ ਆ ਵੀ ਅਸੀਂ ਜਦੋਂ ਪਿੱਛੇ ਜਾ ਕੇ ਦੇਖਣ ਦੀ ਪਿੱਛੋਂ ਜਾ ਕੇ ਪਰੰਪਰਾਵਾਂ ਉਹ ਮਰਿਆਦਾ ਲੱਭਣ ਦੀ ਕੋਈ ਜਿੱਦ ਕਰਦੇ ਹਾਂ ਉਹ ਕਿੰਨੀ ਭੈੜੀ ਆ ਸਾਡੇ ਲਈ, ਕਿੰਨੀ ਖਤਰਨਾਕ ਆ ਸਾਡੇ ਲਈ। ਬਿਲਕੁਲ ਬਿਲਕੁਲ, ਕਿਤੇ ਵੀ ਇੱਦਾਂ ਨਹੀਂ ਹੋਇਆ। ਕੋਈ ਵੀ ਜਗ੍ਹਾ ਆ, ਮਤਲਬ ਚਲੋ ਇੱਕ ਕੁਰਸੀ ਦੀ ਲਾ ਲਈ, ਇੱਕ ਕੋਚ ਆ, ਉਹ 3 ਸਾਲ ਕੋਚਿੰਗ ਕਰਦਾ ਹੈ, ਮਤਲਬ ਇੱਕ ਕੁਰਸੀ ਤੇ ਬੈਠ ਕੇ ਫੈਸਲੇ ਕਰਦਾ ਹੈ। ਉਹ ਕਈ ਵਾਰ ਤਾਂ ਇੱਦਾਂ ਦੇ ਫੈਸਲੇ ਕਰਦਾ ਜਿਹਨਾਂ ਟੀਮਾਂ ਮਤਲਬ ਚੈਂਪੀਅਨਸ਼ਿਪ ਜਿੱਤ ਜਾਂਦੀਆਂ। ਦੂਜਾ ਕੋਚ ਆਉਂਦਾ, ਉਹ ਟੀਮ ਨੂੰ ਰੈਲੀਗੇਟ ਕਰ ਦਿੰਦਾ। ਉਹ ਜਿਹੜੀ ਇੰਪੋਰਟੈਂਸ ਹੈ ਉਹ ਤਾਂ ਉਹਦੇ ਫੈਸਲਿਆਂ ਦੀ ਆ, ਉਹ ਕੁਰਸੀ ਦੀ ਜਾਂ ਕਮਰੇ ਦੀ ਜਾਂ ਕਲੱਬ ਰੂਮ ਦੀ ਖੋੜੋ ਕੋਈ ਇੰਪੋਰਟੈਂਸ। ਹੁਣ ਆਨੰਦਪੁਰ 10ਵੇਂ ਪਾਤਸ਼ਾਹ ਦੇ ਫੈਸਲਿਆਂ ਨਾਲ ਆਨੰਦਪੁਰ ਆ, ਉੱਦਾਂ ਨਹੀਂ, ਉੱਦਾਂ ਉਹਦੀ ਕੋਈ ਦੂਜੀ ਨਹੀਂ ਹੈਗੀ। ਉੱਦਾਂ ਤਾਂ ਇੱਕ ਜਗ੍ਹਾ ਆ, ਪ੍ਰਤੀਕ ਆ ਬਸ, ਉੱਥੇ ਰਹਿੰਦੇ ਸੀ ਗੁਰੂ ਸਾਹਿਬ। ਦਲੀਲ ਪ੍ਰਭ ਦੀ ਬਿਹਾਈ ਦਿੰਦਾ ਆ, ਠੀਕ ਆ, ਵੀ ਜਿਹੜਾ ਗੁਰਦੁਆਰਾ ਨਾ ਉਹ ਗੁਰਦੁਆਰਾ ਬਿਲਡਿੰਗ ਆਮ ਹੁੰਦੀ ਆ, ਜਦੋਂ ਗੁਰੂ ਆ ਜਾਂਦਾ ਤੇ ਉਹ ਗੁਰਦੁਆਰਾ ਬਣ ਜਾਂਦਾ, ਠੀਕ ਆ। ਪਰ ਆਪਣੀ ਵਾਰੀ ਉਹਨੂੰ ਇਹ ਚਿੱਤਾ ਭੁੱਲ ਜਾਂਦਾ ਵੀ ਅਸੀਂ ਜਦੋਂ ਦੇਹ ਨੂੰ ਖਾਸ ਕਹਿੰਦੇ ਹਾਂ ਉਦੋਂ ਆ ਦਲੀਲ ਜਿਹੜੀ ਆ ਉੱਥੇ ਪੂਰੀ ਨਹੀਂ ਉਤਰਨੀ। ਜਿਹੜਾ ਲੈਣਾ ਆ ਨਾ ਇਹ ਕਹਿੰਦੇ ਵੀ ਗੁਰੂ ਪ੍ਰਗਟ ਹੋਇਆ, ਪ੍ਰਭ ਦੀਪ ਕਹਿੰਦਾ ਕਹਿੰਦਾ ਆਮ ਬੰਦਾ ਜੰਮਦਾ ਆ, ਗੁਰੂ ਪ੍ਰਗਟ ਹੋਇਆ। ਹੁਣ ਗੁਰੂ ਨਾਨਕ ਦੇਵ ਜੀ ਨੂੰ ਤਾਂ ਤੁਸੀਂ ਕਹਿ ਤਾਂ ਪ੍ਰਗਟ ਹੋਇਆ, ਲੈਣੇ ਨੂੰ ਕੀ ਕਹੋਗੇ? ਆਹੋ ਫਿਰ ਉਹ ਦੱਸਣ ਕੀ ਉਹ ਵੀ ਪ੍ਰਗਟ ਹੋਇਆ ਸੀ। ਜੇ ਪ੍ਰਗਟ ਸੀ ਉਹ ਤੇ ਦੇਵੀ ਤੇ ਜਾਂਦੇ ਦੀ ਮਹਾਨਤਾ ਜਿਹੜੀ ਉਹਨਾਂ ਦੀ ਸੀਗੀ ਫਿਰ ਕਬੂਲ ਲਓ। ਪ੍ਰਗਟ ਹੋਣ ਦੀ ਜਿਹੜੀ ਐਗਜ਼ਾਮਪਲ ਆ ਉਹ ਇਹਨੇ ਗਧੇ ਨੇ ਗੁਰਬਾਣੀ ਚੋਂ ਦਿੱਤੀ ਹੋਣੀ ਆ ਨਾ। ਉਹ ਤਾਂ ਸਾਡੇ ਨਾਲ ਸਰੋਤੇ ਆ, ਸਵਾਗਤ ਹੈ ਜੀ ਤੁਹਾਡਾ। ਹੈਲੋ ਜੀ, ਤੁਸੀਂ ਆਉਂਦੇ ਰਹੋ ਜੀ। ਠੀਕ ਹੈ ਜੀ, ਧੰਨਵਾਦ ਜੀ। ਆਪਾਂ ਚਲੋ ਪ੍ਰਭਦੀਪ ਨੂੰ ਸੁਣਦੇ ਹਾਂ। ਠੀਕ ਹੈ, ਜਿਹੜੀ ਨਾ ਪ੍ਰਭਦੀਪ ਨੇ ਦਲੀਲ ਦਿੱਤੀ ਆ ਉਹ ਇਹ ਉਹਦਾ ਟਾਈਟਲ ਵੀ ਇਹੀ ਆ ਕਿ ਗੁਰੂ ਖਾਸਮ ਖਾਸ ਆ, ਪੇਪੇ ਜਿਹੜਾ ਆਮ ਨੀ। ਆਹ ਦੇਖ ਕਹਿੰਦਾ, ਸਰਤਾਜ ਵੀ ਕਹਿੰਦਾ ਵੀ ਜਦੋਂ ਪਤਾ ਹੁੰਦਾ ਨਾ ਵੀ ਮੂਹਰੇ ਛੇਕ ਹੋਣੇ ਆ, ਜਿਹੜੇ ਜਾਂਦੇ ਆ ਉਹ ਆਮ ਨੀ ਹੁੰਦੇ। ਇਹ ਗੁਰੂ ਬਾਰੇ ਕਿਹਾ ਵਿੱਚ ਨਾ, ਇਹਦੇ ਸਾਰੇ ਗਾਣੇ ਦੇ ਵਿੱਚ ਇੱਕ ਅੱਧੀ ਜਗ੍ਹਾ ਕਿਤੇ ਆਉਂਦਾ ਚਮਕੌਰ ਦੇ ਬਾਰੇ ਆਪਾਂ ਸੁਣ ਲੈਂਦੇ ਹਾਂ, ਹਾਂਜੀ ਹੈਗਾ, ਜਿੱਥੇ ਉਹ ਕਹਿੰਦਾ ਆ। ਨਹੀਂ ਤਾਂ ਜਿਹੜੀ ਉਹ ਗੱਲ ਆ ਕਹਿੰਦਾ ਨਾ ਵੀ ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ, ਇਹ ਗੱਲ ਗੁਰੂ ਸਾਹਿਬ ਬਾਰੇ ਨੀ ਕਹੀ। ਉਹ ਬੰਦਾ ਤਾਂ ਨਿਰੰਕਾਰੀਆਂ ਦੀ ਵੀ ਪੈਰ ਪੁੰਦਾ ਜਾ ਕੇ, ਇਹ ਬੰਦੇ ਰਾਸ਼ਟਰਵਾਦੀ ਆ। ਹੁਣ ਜਿਹੜਾ ਕਹਿੰਦਾ ਵੀ ਫਾਂਸੀਆਂ ਦੇ ਫੁੰਦੇ ਗਲ ਚ ਪਾਉਣੇ ਵਾਲੇ ਜਿਹੜੇ ਆ ਉਹ ਆਮ ਨੀ ਹੁੰਦੇ, ਉਹ ਭਗਤ ਸਿੰਘ ਹੁਣੀ ਜਿਹੜੇ ਬੰਦੇ ਆ ਸਾਰਿਆਂ ਨੂੰ ਉੱਥੇ, ਜੇ ਤੁਸੀਂ ਉਹ ਕਿਸੇ ਨੂੰ ਵੀ ਕਹੇ, ਜੇ ਹੁਣ ਇਹ ਗੱਲ ਕਹਿ ਰਿਹਾ ਆ ਵੀ ਇੱਦਾਂ ਦੇਖ ਕੇ ਫਾਂਸੀ ਦਾ ਫੰਦਾ ਗਲ ਚ ਪਾਉਣੇ ਵਾਲੇ ਬੰਦੇ ਆਮ ਨੀ ਹੁੰਦੇ, ਭਗਤ ਸਿੰਘ ਨੇ ਪਾਇਆ ਕਿ ਨਹੀਂ ਪਾਇਆ, ਰਾਜਗੁਰੂ ਸੁਖਦੇਵ ਨੇ ਪਾਇਆ ਕਿ ਨਹੀਂ ਪਾਇਆ, ਠੀਕ ਆ। ਹੁਣ ਖਾਸ ਹੋ ਗਿਆ ਹੁਣ ਫਿਰ ਬਸ ਜਿੱਦਾਂ ਉਹ ਉੱਦਾਂ ਗੁਰੂ ਸਾਹਿਬ ਆ, ਠੀਕ ਆ। ਹੁਣ ਸਭ ਤੋਂ ਵੱਡੀ ਜਿਹੜੀ ਗੱਲ ਆ ਨਾ ਇਹ ਪ੍ਰਭ ਦੀਪ ਦੀ ਸਾਰੀ ਗੱਲ ਦਾ ਆਧਾਰ ਅਗੀਤ ਤੇ ਰਿਹਾ, ਪਰ ਇਹਨੂੰ ਜੇ ਪੂਰਾ ਚੱਲਿਆ ਤਾਂ ਸੁਣਿਓ ਪਹਿਲਾਂ, ਮੈਨੂੰ ਪਤਾ ਨੀ ਹੁਣ ਪੂਰਾ ਇੱਥੇ ਸੁਣਾਇਆ ਪੂਰਾ ਨੀ ਹੈ, ਥੋੜਾ ਹੀ ਆ, ਫਿਰ ਅਖੀਰ ਚ ਚਲਾਈਏ ਪਹਿਲਾਂ ਸਾਡੀ, ਅਸੀਂ ਗੱਲ ਸਾਡੀ ਪੂਰੀ ਹੋ ਜਾਵੇ ਜਿਹਨੂੰ ਪਿੱਛੇ ਲੈ ਲਈਏ ਆਪਾਂ। ਹੁਣ ਸਰਤਾਜ ਨੂੰ ਜਿਹੜੇ ਬੰਦੇ ਸੁਣਦੇ ਆ ਤੇ ਉਹ ਇਬਾਦਤ ਕਿਹਨੂੰ ਕਹਿੰਦਾ ਆ, ਇਹਦੇ 5-7 ਗਾਣੇ ਸੁਣ ਲਿਓ, ਤੁਹਾਨੂੰ ਪਤਾ ਲੱਗ ਜਾਊਗਾ। ਨਾ ਪਤਾ ਲੱਗਾ ਤਾਂ ਮੌਕੇ ਵਾਲੇ ਬਾਬੇ ਤੋਂ ਪੁੱਛ ਲਈਏ। ਨਹੀਂ ਵੈਸੇ ਵੀ ਜਦੋਂ ਹੀਰ ਰਾਂਝੇ ਦੀ ਸੱਸੀ ਪੁੰਨੂ ਦੀ ਗੱਲ ਕਰਦੇ ਆ ਉਹਦੇ ਵਿੱਚ ਆਮ ਸ਼ਬਦ ਵਰਤਦੇ ਆ, ਇਸ਼ਕ ਜਿਹੜਾ ਇਬਾਦਤ ਹੋ ਇਬਾਦਤ ਉਹਨੂੰ ਸ਼ਹਾਦਤ ਕਹਿੰਦੇ ਆ। ਇਹ ਬੰਦਿਆਂ ਦਾ ਧਰਮ ਨਾਲ ਥੋੜੀ ਕੋਈ ਲੈਣਾ ਦੇਣਾ ਆ, ਪਰ ਪ੍ਰਭਦੀਪ ਦੀ ਅਕਲ ਜਾਣੀ ਦੇਖਦੇ ਆ। ਪਿਆਰ ਨਾਲ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ। ਇੱਕ ਮਿੰਟ ਜੀ, ਇਹਨੂੰ ਆਪਾਂ ਬਾਅਦ ਚਲਾਉਂਦੇ ਆ, 46 ਮਿੰਟ ਤੇ ਆ ਇਹਨੂੰ। ਉਹਨੇ ਨਾ ਅਸਲ ਚ ਪ੍ਰਭਦੀਪ ਨੇ ਇਹਦੀ ਇਹ ਗੱਲ ਜਿੱਦਾਂ ਬੰਦੇ ਆਮ ਨੀ ਹੁੰਦੇ ਇਹ ਚੱਕ ਲਈ ਆ, ਇੱਦਾਂ ਹੀ ਆ ਵੀ ਇਹ ਕਹਿੰਦੇ ਗੁਰੂ ਸਾਹਿਬ ਆਮ ਸੀਗੇ, ਉਹ ਬੰਦੇ ਆਮ ਨੀ ਹੁੰਦੇ, ਆਮ ਨੀ ਹੁੰਦੇ। ਹੁਣ ਉਹ ਕਹਿੰਦਾ ਵੀ ਜਿਹੜੇ ਜਿਹੜੇ ਹਕੂਮਤ ਮੂਹਰੇ ਖੰਘ ਜਾਂਦੇ ਆ ਉਹ ਆਮ ਨੀ ਹੁੰਦੇ, ਜਿਹੜੇ ਜੰਗ ਚ ਜਾਂਦੇ ਆ ਉਹ ਆਮ ਨੀ ਹੁੰਦੇ, ਜਿਹੜੇ ਫਾਂਸੀ ਦੇ ਗਲੇ ਪਾ ਲੈਂਦੇ ਆ ਫੰਦੇ ਉਹ ਆਮ ਨੀ ਹੁੰਦੇ, ਠੀਕ ਆ। ਹੁਣ ਨੋਟ ਕਰੀ ਜਾਇਓ, ਕਿਹਨੂੰ ਕਿਹਨੂੰ ਕਹਿੰਦਾ ਵੀ ਬੰਦੇ ਆਮ ਨੀ ਹੁੰਦੇ, ਜਾਣੀ ਸਰਤਾਜ ਫਕੀਰੀ ਕਿਹਨੂੰ ਕਹਿੰਦਾ ਆ, ਕਿਸੇ ਤੋਂ ਗੁੱਝਾ ਨੀ ਹੋਣਾ, ਜਿਹਨੂੰ ਕਹਿੰਦਾ ਮਹਿੰਗੇ ਮੁੱਲ ਫਕੀਰੀ ਮਿਲਦੀ ਆ ਉਹ ਕਿਹਨੂੰ ਕਹਿੰਦਾ ਆ, ਜਾਣੀ
ਪਰ ਪ੍ਰਭਦੀਪ ਨੂੰ ਆਪਣੀ ਗੱਲ ਮਨਾਉਣ ਲਈ ਜਾਣੀ ਉਹਦਾ ਵੀ ਸਹਾਰਾ ਲੈਣਾ ਬਿਲਕੁਲ ਡਿੱਗਣਾ ਪਿਆ ਝੰਗ ਜਾਣ ਵਾਲੇ ਵਾਹ ਪ੍ਰਭਦੀਪ ਹੁਣ ਤਖ਼ਤ ਹਜ਼ਾਰੀ ਨੂੰ ਛੱਡ ਕੇ ਝੰਗ ਹੀਰ ਦਾ ਪਿੰਡ ਹਾਂ ਦੇਖ ਲਓ ਕਿੱਥੇ ਲਿਆ ਕੇ ਉਹ ਕਹਿੰਦਾ ਸਾਰੇ ਨਿਚੋੜ ਜਿਹੜਾ ਨਾ ਉਹ ਕਹਿੰਦਾ ਵੀ ਦਿਲਾਂ ਦੀ ਅਮੀਰੀ ਰੱਬ ਕਿਸੇ ਕਿਸੇ ਨੂੰ ਦਿੰਦਾ ਜਿਹੜੀ ਫਕੀਰੀ ਆ ਨਾ ਇਹ ਬੜੇ ਮਹਿੰਗੇ ਮੁੱਲ ਮਿਲਦੀ ਆ ਉਹ ਤਾਂ ਰਾਂਝਾ ਹੀ ਸੀ ਜਿਹੜਾ ਬਣ ਗਿਆ ਠੀਕ ਆ ਹੁਣ ਇਹ ਬੰਦੇ ਆ ਜਿਹੜੇ ਕਹਿੰਦੇ ਆ ਕਦੇ ਕਿਸੇ ਹੀਰ ਦਾ ਡੋਲਾ ਜਿਹੜਾ ਨਾ ਉਹ ਤਖ਼ਤ ਹਜ਼ਾਰੀ ਨਹੀਂ ਗਿਆ ਜੇ ਹੀਰਾਂ ਦੇ ਡੋਲੇ ਤਖ਼ਤ ਹਜ਼ਾਰੇ ਜਾਣ ਲੱਗ ਪਏ ਤਾਂ ਹੀਰਾਂ ਨਹੀਂ ਰਹਿਣੀਆਂ ਫਿਰ ਕਿਹੜਾ ਵਾਰਸ ਗਾਊਗਾ ਉਹਨੂੰ ਉਹ ਬੰਦੇ ਆ ਹੁਣ ਇਹਨਾਂ ਬੰਦਿਆਂ ਦੇ ਸਹਾਰੇ ਨਾਲ ਪ੍ਰਭਦੀਪ ਕਹਿੰਦਾ ਵੀ ਦੇਖ ਲਓ ਸਰਤਾਜ ਕਹਿੰਦਾ ਵੀ ਉਹ ਬੰਦੇ ਆਮ ਨਹੀਂ ਹੁੰਦੇ ਤੇ ਗੁਰੂ ਸਾਹਿਬ ਆਪਣੇ ਢੱਡਿਆਂ ਵਾਲੇ ਕਹੀ ਜਾਂਦੇ ਆ ਇੱਥੇ ਪ੍ਰੋਗਰਾਮ ਸ਼ੁਰੂ ਨਹੀਂ ਹੋਇਆ ਯਾਨੀ ਇਹ ਪਤਾ ਨੀ ਝੁੱਡੂ ਬੰਦੇ ਇੰਨਾ ਵੀ ਕੋਈ ਗੱਲ ਫੜ ਲੈਂਦੇ ਹੁਣ ਆਹ ਜਿਹੜੀ ਗੱਲ ਆ ਨਾ ਉਹਦੇ ਚੋਂ ਇੰਨੀ ਗੱਲ ਫੜ ਲਈ ਵੀ ਬੰਦੇ ਆਮ ਨੀ ਹੁੰਦੇ ਏਦਾਂ ਹੀ ਢੱਡਰੀਆਂ ਵਾਲਿਆਂ ਦੀਆਂ ਜਿਹੜੀਆਂ ਗੱਲਾਂ ਦੇ ਉੱਤੇ ਟਿੱਪਣੀ ਕਰਦਾ ਆ ਇੱਕ ਇੱਕ ਸ਼ਬਦ ਚੱਕਦਾ ਏਦਾਂ ਹੀ ਕਰਦਾ ਜਾਨੀ ਸੰਦਰਭ ਕੀ ਹੁੰਦਾ ਆ ਨੇੜੇ ਤੇੜੇ ਵੀ ਹੈ ਨੀ ਕੋਈ ਸ਼ੱਕ ਨੀ ਜਿੰਨਾ ਚਿਰ ਬੰਦੇ ਇਹ ਨੀ ਦੇਖ ਪਾਉਂਦੇ ਵੀ ਜਿਹੜੀ ਗੱਲ ਹੋ ਰਹੀ ਆ ਉਹਦਾ ਕਿਸ ਬਾਰੇ ਚ ਹੋ ਰਹੀ ਆ ਬਾਕੀ ਜਿਹੜੀਆਂ ਐਗਜ਼ੈਂਪਲਾਂ ਆ ਨਾ ਦਿੱਤੀਆਂ ਜਾਂਦੀਆਂ ਉਹ ਤਾਂ ਐਗਜ਼ੈਂਪਲ ਤਾਂ ਐਗਜ਼ੈਂਪਲ ਹੁੰਦੀ ਆ ਉਹਨੂੰ ਥੋੜੀ ਫੜ ਕੇ ਤੁਰਨਾ ਚਾਹੀਦਾ ਪਰ ਚਲੋ ਇਹ ਜਿੰਨਾ ਕੁ ਟਾਈਮ ਹੈਗਾ ਸਾਡੇ ਕੋਲ ਇਹਦੀਆਂ ਸੁਣ ਲਈਏ ਆਪਾਂ ਮੁੱਕਣੇ ਵਾਲਾ ਹੀ ਆ ਇੱਥੇ ਮੈਂ ਪੂਰਾ ਟਾਈਮ ਨਹੀਂ ਸੀ ਬਸ ਮੁੱਕ ਗਿਆ ਇੱਥੋਂ ਪ੍ਰਭਦੀ ਜਦੋਂ ਸ਼ੁਰੂ ਹੋਣਾ ਹੁਣ ਸ਼ੁਰੂ ਚ ਅੱਜ ਤਾਂ ਬੜੇ ਗੁੱਸੇ ਨਾਲ ਬੋਲਿਆ ਜਾਣਾ ਇਸ ਪ੍ਰੋਗਰਾਮ ਚ ਤਾਂ ਪੈਂਦੀ ਸੱਟਈ ਠੀਕ ਹੈ ਔਰ ਸਾਹ ਵੀ ਪੂਰਾ ਚੜਿਆ ਸੀ ਉਹਨੂੰ ਗੱਲ ਕਰਨ ਮੈਨੂੰ ਲੱਗਦਾ ਮਿਸ਼ਨ ਸਟੇਟਮੈਂਟ ਵੀ ਨਹੀਂ ਆਈ ਨਵੀਂ ਗੱਲ ਕੀਤੀ ਹੈ ਗੁੱਸੇ ਚ ਜਾਵੇ ਸੀ ਨਾ ਉਹਨੂੰ ਸੀਗਾ ਵੀ ਹੁਣ ਤਾਂ ਆਵੇਂ ਹੀ ਕਹਿ ਦਿੱਤਾ ਠੀਕ ਹੈ ਪਹਿਲਾਂ ਤਾਂ ਗੱਲਾਂ ਹੋਰ ਵਿਸ਼ੇ ਤੇ ਹੁੰਦੀਆਂ ਸੀ ਨਾ ਪਹਿਲਾਂ ਤੇ ਇਹਨੂੰ ਇਹ ਤਰ੍ਹਾਂ ਸੀ ਵੀ ਰੇਡੀਓ ਵਾਲੇ ਕਹਿੰਦੇ ਆ ਤੇ ਉਹਨਾਂ ਦੇ ਬਾਰੇ ਕਹਿ ਨੀ ਕੁਛ ਨੀ ਰਿਹਾ ਹੁਣ ਤਾਂ ਇਹ ਹੋ ਗਿਆ ਸਾਡੇ ਕੋਲ ਪ੍ਰੂਫ ਆ ਗਿਆ ਉਹਨਾਂ ਦਾ ਕਲਿੱਪ ਸੁਣਾ ਕੇ ਗੱਲ ਕੀਤੀ ਹੈ ਠੀਕ ਹੈ ਤੇ ਉਹ ਇੱਧਰ ਮੈਸੇਜ ਵੀ ਆਇਆ ਸੀਗਾ ਜੀ ਪ੍ਰਭਦੀਪ ਨੂੰ ਬੇਨਤੀ ਆ ਵੀ ਜਦੋਂ ਕਿਤੇ ਸਮਾਂ ਲੱਗਿਆ ਜ਼ਰੂਰ ਦੱਸ ਦਿਓ ਕਹਿੰਦੇ ਵੀ ਇਹ ਜਿਹੜਾ ਆ ਹੈਗਾ ਆ ਗੀਤ ਇਹ ਗੁਰਬਾਣੀ ਚ ਕਦੋਂ ਸ਼ਾਮਿਲ ਹੋਇਆ ਅਣਜਾਣੀ ਧੁੰਦੇ ਹੁਣਾਂ ਨੂੰ ਢੱਡਰੀਆਂ ਵਾਲਿਆਂ ਦੀ ਉਹ ਧਾਰਨਾ ਜਿਹੜੀ ਜਿਹੜੇ ਕਵਿਤਾ ਵੀ ਪੜ੍ਹਦੇ ਆ ਉਹ ਜ਼ਹਿਰ ਲੱਗਦੀ ਆ ਤੇ ਆ ਇਹਨਾਂ ਦਾ ਸਹਾਰਾ ਲੈਣਗੇ ਆਪਣੀ ਗੱਲ ਕਹਿਣ ਲਈ ਜਾਣੀ ਫਤਿਹ ਉਦੋਂ ਜੰਗ ਜਾਣ ਵਾਲੇ ਬੰਦੇ ਇਹ ਗੀਤ ਤੁਹਾਨੂੰ ਅਖੀਰ ਤੇ ਪੂਰਾ ਸੁਣਾ ਦਿਆਂਗੇ ਪਰ ਇੱਕ ਗਾਇਕ ਵੀ ਇੱਕ ਕਮਰਸ਼ੀਅਲ ਗਾਇਕ ਵੀ ਇਹ ਗੱਲ ਜਾਣਦਾ ਹੈ ਕਿ ਸੱਚੇ ਸੁੱਚੇ ਅਹਿਸਾਸਾਂ ਨਾਲ ਆਪਣੇ ਰੰਗਾਂ ਵਿੱਚ ਰੰਗ ਜਾਣ ਵਾਲੇ ਜਿਹੜੇ ਆਪਣੇ ਰੰਗ ਚ ਰੰਗ ਜਾਣ ਅਗਲੇ ਨੂੰ ਜਿਹੜੇ ਨਿਰਮਲ ਪੰਥ ਚਲਾ ਦੇਣ ਕਿ ਉਹ ਬੰਦੇ ਆਮ ਹੁੰਦੇ ਨੇ ਉਹਨਾਂ ਦੇ ਵਿੱਚ ਜ਼ਰੂਰ ਕੋਈ ਖਾਸੀਅਤ ਹੁੰਦੀ ਹੈ ਜੰਮੇ ਤੇ ਉਹ ਮਾਂ ਦੇ ਪੇਟੋਂ ਹੀ ਹੈ ਖਾਂਦੇ ਤੇ ਰੋਟੀ ਹੈ ਕੀ ਉਹਨਾਂ ਦੇ ਅੰਦਰ ਗਈ ਰੋਟੀ ਤੇ ਇੱਕ ਆਮ ਬੰਦੇ ਦੇ ਅੰਦਰ ਗਈ ਰੋਟੀ ਦਾ ਫਰਕ ਹੈ ਕਿ ਨਹੀਂ ਹੈ ਨਾ ਹੈਗਾ ਜੀ ਬਹੁਤ ਫਰਕ ਹੈ ਉਹਨਾਂ ਦੇ ਜਿਹੜੀ ਨਾ ਦੇਖੋ ਨਾ ਨਾ ਅੱਛਾ ਠੀਕ ਬਿਲਕੁਲ ਤੂੰ ਸੁਣਿਆ ਨੀ ਜਿਹੜਾ ਠਾਕਰ ਸਿੰਘ ਆ ਟਕਸਾਲ ਦਾ ਮੁਖੀ ਉਹ ਹੋ ਗਿਆ ਬਿਮਾਰ ਜਦੋਂ ਲੈ ਕੇ ਗਏ ਹਸਪੀਟਲ ਆਹੋ ਤੇ ਉਹ ਟੋਲ ਟਾਲਾ ਛੇਕੇ ਹੈ ਨਹੀਂ ਖਾਸ ਖਾਸ ਜੇ ਉੱਦਾਂ ਵੀ ਨਾ ਕਹਿੰਦੇ ਵੀ ਜਦੋਂ ਜਿਹੜੇ ਬ੍ਰਹਮ ਗਿਆਨ ਚ ਪਹੁੰਚ ਜਾਂਦੇ ਨਾ ਇਹ ਜਿਹੜੇ ਜਦੋਂ ਖਾਣਾ ਖਾਂਦੇ ਆ ਉਹ ਤੋਂ ਬਾਅਦ ਜਦੋਂ ਟੋਇਲਟ ਜਾਂਦੇ ਆ ਉਹ ਜਿੱਦਾਂ ਉਹਦੀ ਮੈਂ ਕਹਿੰਦਾ ਸਵਰਗਾਂ ਚ ਮਿਲ ਸਕਦੀ ਜਦੋਂ ਵਿਅਕਤ ਸੁਣੋ ਨਾ ਤੁਸੀਂ ਏਦਾਂ ਭਾਈ ਰਣਧੀਰ ਸਿੰਘ ਦੀਆਂ ਜਦੋਂ ਸਿਫਤਾਂ ਕਰਦੇ ਆ ਏਦਾਂ ਉਹ ਕਹਿੰਦੇ ਵੀ ਉੱਦਾਂ ਦੀ ਸਮੈਲ ਤਾਂ ਹੋਈ ਦਿਖੀ ਨੀ ਬੰਦੇ ਨੇ ਉੱਦਾਂ ਹੀ ਬਸਮਾਨ ਚਲ ਜਾਂਦਾ ਬੰਦਾ ਹਾਂ ਜਿਹੜੀ ਉਹ ਟੋਇਲਟ ਦੀ ਜਾਣੀ ਇਹਨਾਂ ਨੂੰ ਬੇਇੱਜ਼ਤੀ ਲੱਗ ਰਹੀ ਆ ਇਹਨੂੰ ਲੱਗਦਾ ਵੀ ਜੇ ਅਸੀਂ ਖਾਂਦੇ ਆ ਜੋ ਕਰਦੇ ਆ ਇੱਦਾਂ ਹਨਾ ਵੀ ਜੇ ਆਮ ਲੋਕਾਂ ਵਾਂਗ ਹੋਇਆ ਹਨਾ ਹੁਣ ਇਹਨਾਂ ਬਦਬਖਤਾਂ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੋ ਬੱਚੇ ਜੰਮੇ ਆ ਨਾ ਉਹ ਬੱਚੇ ਜੰਮਣ ਦਾ ਪ੍ਰੋਸੈਸ ਇਹ ਦਿੱਤਾ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਚੱਲੇ ਆ ਨਾ ਤੇ ਉਹ ਮਾਤਾ ਸੁਲੱਖਣੀ ਨੂੰ ਲੌਂਗ ਦੇ ਗਏ ਠੀਕ ਹੈ ਇਹਨਾਂ ਨੂੰ ਇਹ ਵੀ ਨੀ ਪਤਾ ਵੀ ਜਦੋਂ ਹਨੂਮਾਨ ਨੂੰ ਪਵਨ ਪੁੱਤਰ ਕਹਿੰਦੇ ਆ ਤੇ ਜਿਹੜਾ ਉਹਦੇ ਪਰਿਵਾਰ ਤੇ ਇਲਜ਼ਾਮ ਲੱਗਦਾ
ਵੀ ਉਹ ਲੜਕੀ ਆ ਰਾਜਕੁਮਾਰੀ ਆ ਉਹ ਪ੍ਰੈਗਨੈਂਟ ਹੋ ਜਾਂਦੀ ਆ, ਉਹਦਾ ਪਿਓ ਫਿਕਰ ਚ ਪੈ ਜਾਂਦਾ। ਹਾਂਜੀ ਉਹ ਕਹਿੰਦੀ ਵੀ ਨਹੀਂ ਵੀ ਮੈਂ ਤੇਰੀ ਇੱਜ਼ਤ ਨੂੰ ਨੀ ਦਾਗ ਲਾਇਆ, ਮੈਨੂੰ ਪਤਾ ਆ ਤੂੰ ਬੜਾ ਇੰਪੋਰਟੈਂਟ ਆ ਮੇਰੇ ਲਈ, ਵੀ ਇਹ ਤਾਂ ਮੈਂ ਗਈ ਸੀ ਘੁੰਮਣ, ਸੈਰ ਕਰਦੀ ਸੀ ਮੈਂ, ਚਿੱਟੀ ਸਾੜੀ ਲਾਈ ਹੋ ਸੀ ਤੇ ਹਵਾ ਆਈ ਇੰਨੀ ਜ਼ੋਰ ਨਾਲ ਤੇ ਸਾੜੀ ਲੈ ਗਈ ਮੇਰੀ, ਸਾੜੀ ਲੈ ਗਈ ਮੈਂ ਅਲਫ ਨੰਗੀ ਹੋ ਗਈ, ਵੀ ਹਵਾ ਨੇ ਮੇਰੇ ਜਦੋਂ ਸਰੀਰ ਨੂੰ ਛੋਹਿਆ ਨਾ ਮੇਰੇ ਅੰਦਰ ਝਰਨਾਟ ਛਿੜੀ ਆ, ਮੈਨੂੰ ਇੱਦਾਂ ਲੱਗਾ ਵੀ ਜਿੱਦਾਂ ਕਿਸੇ ਮਰਦ ਨੇ ਮੇਰੇ ਨਾਲ ਸੰਗ ਕੀਤਾ ਹੁੰਦਾ। ਠੀਕ ਹੈ। ਤੇ ਬਸ ਮੈਂ ਜਦੋਂ ਘਰ ਆਈ ਆ ਤੇ ਮੈਂ ਪ੍ਰੈਗਨੈਂਟ ਸੀ। ਉਹਨੂੰ ਕਹਿੰਦੇ ਪੇ ਪਵਨ ਪੁੱਤਰ ਆ, ਕੋਈ ਉਹਨਾਂ ਦੇ ਸੂਰਜ ਵੱਲ ਨੂੰ ਮੂੰਹ ਕਰਕੇ ਦੇਖਦਾ ਆ, ਔਰਤ ਦੇਖਦੀ ਆ ਤੇ ਉਹ ਪ੍ਰੈਗਨੈਂਟ ਹੋ ਜਾਂਦੀ ਆ। ਕਿਸੇ ਦੇ ਚੰਦਰਮਾ ਕਿਸੇ ਰਿਸ਼ੀ ਦਾ ਰੂਪ ਧਾਰ ਕੇ ਆਉਂਦਾ ਆ ਤੇ ਆ ਕੇ ਉਹ ਪ੍ਰੈਗਨੈਂਟ ਕਰ ਜਾਂਦਾ। ਕੋਈ ਮੈਲ ਦਾ ਲੜਕਾ ਬਣਾ ਕੇ ਰੱਖ ਦਿੰਦੀ ਆ, ਪਤੀ ਸ਼ਿਵਜੀ ਘਰ ਹੈ ਨੀ, ਉਹ ਆਉਂਦਾ ਕੁਛ ਮਹੀਨਿਆਂ ਬਾਅਦ, ਉਹਦੇ ਬੱਚਾ ਖੇਡਦਾ ਹੁੰਦਾ, ਉਹ ਕਹਿੰਦਾ ਬੱਚਾ ਕਿੱਥੋਂ ਆ ਗਿਆ, ਉਹ ਕਹਿੰਦੀ ਮੈਂ ਤਾਂ ਕੱਲੀ ਸੀ, ਮੇਰਾ ਮਨ ਨੀ ਸੀ ਲੱਗਦਾ, ਮੈਂ ਮੈਲ ਦਾ ਬਣਾ ਕੇ ਰੱਖ ਲਿਆ, ਉਹ ਚ ਜਾਨ ਪੈ ਗਈ, ਤੁਹਾਡਾ ਨਾਂ ਲਿਆ ਤਾਂ ਜਾਨ ਪੈ ਗਈ। ਲੈ ਹੁਣ ਜੇ ਤੁਹਾਡੀ ਤੀਵੀਂ ਬੰਦੇ ਜਿਹੜੇ ਅਮਰੀਕਾ ਟਰੱਕ ਚਲਾਉਂਦੇ 8-10 ਸਾਲ ਹੈਨਾ, ਉਹ ਮੁੜ ਕੇ ਘਰ ਫੋਨ ਕਰ 2-3 ਸਾਲ ਦਾ ਨਿਆਣਾ ਚੀਕਾ ਮਾਰਦਾ ਹੋਵੇ, ਅਗਲੀ ਕਹੇ ਵੀ ਮੈਂ ਤਾਂ ਮੈਲ ਦਾ ਬਣਾ ਕੇ ਰੱਖਿਆ ਸੀ, ਤੇਰਾ ਜਦੋਂ ਪਿਛਲੀ ਵਾਰ ਫੋਨ ਆਇਆ ਉਦੋਂ ਜਾਨ ਪੈ ਗਈ, ਤੁਸੀਂ ਤੁਸੀਂ ਪੂਜਾ ਕਰੋਗੇ ਉਹਦੀ ਜਾਣੀ ਲਾਣਤੀ। ਉਹ ਅਗਲੇ ਨੇ ਪੰਜਵੇਂ ਪਾਤਸ਼ਾਹ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ ਜਦੋਂ ਹਰਗੋਬਿੰਦ ਦਾ ਜਨਮ ਹੁੰਦਾ ਨਾ ਉਹ ਇਹੀ ਕਰਦਾ, ਤੇ ਮਾਤਾ ਗੰਗਾ ਕਹਿੰਦੀ ਉਹਨੀ ਜਦੋਂ ਨਾ ਏਦਾਂ ਗੰਢਾ, ਮੈਂ ਕਹਿੰਦੀ ਗੰਢਾ ਲੈ ਕੇ ਗਈ ਨਾਲ ਰੁੱਖੀ ਜਿਹੜੀ ਮਿੱਸੀ ਰੋਟੀ ਸੀ ਤੇ ਲੱਸੀ ਸੀ, ਬਸ ਮੈਂ ਜਦੋਂ ਗਈ ਕਹਿੰਦੀ ਮੇਰੇ ਸਾਹਮਣੇ ਏਦਾਂ ਗੰਢੇ ਦੇ ਕਹਿੰਦੀ ਜਦੋਂ ਨਾ ਏਦਾਂ ਏਦਾਂ ਮੁੱਠ ਮਾਰ ਕੇ ਉਹਨੀ ਮੁੱਕੀ ਮਾਰ ਕੇ ਗੰਢਾ ਭੰਨਿਆ ਤੇ ਉਧਰੋਂ ਗੰਢਾ ਫੁੱਟਿਆ ਤੇ ਮੇਰੇ ਪੇਟ ਚ ਹਵਾ ਭਰ ਕੇ, ਬਸ ਮੈਂ ਖੁਸ਼ਖਬਰੀ ਤੁਹਾਨੂੰ ਦੇਣ ਆਈ ਹਾਂ ਵੀ ਮੈਂ ਪ੍ਰੈਗਨੈਂਟ ਆ। ਕਿੱਥੇ ਲਿਜਾ ਕੇ ਸਿੱਟਣਗੇ ਬੰਦੇ ਇਹ, ਜਾਣੀ ਕਿਹੜੀਆਂ ਕਹਾਣੀਆਂ ਕਿੱਥੋਂ ਲਿਜਾ ਕੇ ਸਾਨੂੰ ਸਾਨੂੰ ਕਿੱਥੇ ਖੜੇ ਕਰ ਰਹੇ। ਬਿਲਕੁਲ। ਕਿ ਉਹਨਾਂ ਦੇ ਅੰਦਰੋਂ ਅੰਦਰ ਰੋਟੀ ਨੇ ਜੋ ਅਸਰ ਕੀਤਾ ਹੈ ਜਾਂ ਆਮ ਬੰਦੇ ਦੇ ਅੰਦਰ ਜਿਸ ਰੋਟੀ ਦਾ ਅਸਰ ਹੁੰਦਾ ਹੈ ਉਹਦਾ ਅਸਰ ਜੋ ਬਾਹਰੀ ਤੌਰ ਤੇ ਸਾਨੂੰ ਨਜ਼ਰ ਆਉਂਦਾ ਹੈ ਉਹਦੇ ਵਿੱਚ ਫਰਕ ਹੈ ਕਿ ਨਹੀਂ। ਜਾਣੀ ਨਾ ਅੱਜ ਦੀਆਂ ਦਲੀਲਾਂ ਤਾਂ ਇਹਦੀਆਂ ਸੁਣ ਸੁਣ ਕੇ ਹਾਸਾ ਹੀ ਆਉਂਦਾ ਸੀ। ਆਹ ਦੇਖੋ ਕਹਿੰਦਾ ਵੀ ਜਿਹੜੇ ਉਹ ਬੰਦੇ ਆ ਜਿਹੜੀ ਉਹ ਰੋਟੀ ਖਾਂਦੇ ਆ ਜਿਹੜਾ ਉਹਦਾ ਅਸਰ ਹੁੰਦਾ ਸਰੀਰ ਤੇ, ਤੇ ਜਿਹੜਾ ਆਮ ਬੰਦੇ ਦੇ ਸਰੀਰ ਤੇ ਅਸਰ ਹੁੰਦਾ ਜੋ ਦੇਖਣ ਨੂੰ ਸਾਨੂੰ ਬਾਹਰੋਂ ਲੱਗ ਰਿਹਾ ਆ ਕੀ ਉਹੀ ਆ, ਜਿਹੜਾ ਆਮ ਬੰਦੇ ਦੇ ਸਰੀਰ ਤੇ ਅਸਰ ਆ ਕਿ ਉਹਦੇ ਵੀ ਇਹੀ ਆ ਵੀ ਦੱਸ। ਜਾਣੀ ਹੁਣ ਕਬੀਰ ਸਾਹਿਬ ਨੇ ਗੱਲ ਮੁਕਾਤੀ, ਉਹ ਕਹਿੰਦੇ ਵੀ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਤੂੰ ਬ੍ਰਾਹਮਣ ਕਿੱਦਾਂ ਤੇ ਮੈਂ ਸ਼ੂਦਰ ਕਿੱਦਾਂ ਦੱਸ। ਠੀਕ ਆ, ਹਮ ਕਤ ਲੋਹੂ ਤੁਮ ਕਤ ਦੁੱਧ, ਭਈ ਜੇ ਮੇਰੀਆਂ ਰਗਾਂ ਚ ਖੂਨ ਹੋਵੇ ਤੇਰੀਆਂ ਚ ਦੁੱਧ ਹੋਵੇ ਫੇਰ ਤਾਂ ਮੈਂ ਮੰਨਾ, ਭਈ ਦੱਸ ਇਹ ਕਿਹੜਾ ਇੱਥੇ ਕਿਹੜਾ ਵੀ ਮੇਰੇ ਖੂਨ ਚੱਲਦਾ ਤੇ ਤੇਰੇ ਦੁੱਧ ਵਗਦਾ ਸੀ। ਹੁਣ ਇਹ ਤੋਂ ਵੱਡਾ ਤਰਕ ਕੀ ਹੋ ਸਕਦਾ ਆ ਵੀ ਜੋ ਤੋਂ ਬ੍ਰਾਹਮਣ ਬ੍ਰਾਹਮਣ ਹੀ ਜਾਇਆ ਤੋ ਆਣ ਵਾਟ ਕਰ ਰਹੇ ਨਹੀਂ ਆ। ਬਿਲਕੁਲ ਜੀ, ਕੀ ਇਹ ਜਿਹੜੇ ਪ੍ਰਭਦੀਪ ਦੇ ਖਾਸ ਆ, ਅੱਜ ਜੇ ਕੋਈ ਕਬੀਰ ਆ ਜਾਏ ਜਿਹੜਾ ਬ੍ਰਾਹਮਣ ਨੂੰ ਪੁੱਛ ਸਕਦਾ, ਜੇ ਤਾਂ ਦਸਾਂ ਪਾਤਸ਼ਾਹੀਆਂ ਦੇ ਵੇਲੇ ਕਬੀਰ ਹੁੰਦਾ ਤੇ ਇਹਨਾਂ ਨੂੰ ਨਾ ਪੁੱਛਦਾ ਵੀ ਕੀ ਤੁਹਾਡੀਆਂ ਰਗਾਂ ਚ ਦੁੱਧ ਵਗਦਾ, ਜਿਹੜਾ ਤੁਸੀਂ ਕਹਿੰਦੇ ਵੀ ਤੁਹਾਡੇ ਅੰਦਰ ਖਾਧੇ ਖਾਣੇ ਦਾ ਅਸਰ ਹੋਰ ਤਰ੍ਹਾਂ ਹੁੰਦਾ, ਜਿਹੜਾ ਖਾਣਾ ਹੈ ਅੰਦਰ ਉਹ ਪ੍ਰੋਸੈਸ ਤੋਂ ਬਾਅਦ ਖੂਨ ਬਣੂਗਾ, ਪਿਸ਼ਾਬ ਜਾਂ ਟੋਇਲਟ ਰਾਹੀਂ ਬਾਹਰ ਜਾਊਗਾ, ਇਹ ਤੋਂ ਬਿਨਾਂ ਹੋਰ ਕੀ ਹੁੰਦਾ ਖਾਣੇ ਦਾ? ਕੁਛ ਨੀ, ਬਸ ਆਪਣੀ ਆਪਣੀ ਕਿਰਿਆ ਚ ਚਲੇ ਜਾਂਦਾ ਜਿੱਥੇ ਜਿੱਥੇ। ਹੁਣ ਨਾਲੇ ਵੱਡੀ ਗੱਲ ਤਾਂ ਇਹ ਆ, ਜੇ ਪ੍ਰਭਦੀਪ ਦਾ ਜਿਹੜਾ ਤਰਕ ਆ, ਜੇ ਅਸੀਂ ਮੰਨ ਲਈਏ ਵੀ ਗੁਰੂ ਨਾਨਕ ਪਾਤਸ਼ਾਹ ਨਾਲ ਇੱਦਾਂ ਨਹੀਂ ਸੀ, ਹਾਲਾਂਕਿ ਜਿਹੜੇ ਨਾ ਬਹੁਤ ਵੱਡੇ ਸ਼ਰਧਾਲੂ ਆ ਉਹਨੇ ਵੀ ਇਹ ਕੀਤਾ ਵੀ ਜਦੋਂ ਜੰਮਿਆ ਜਦੋਂ ਪ੍ਰਕਾਸ਼ ਹੋਇਆ ਗੁਰੂ ਨਾਨਕ ਦਾ ਤੇ ਰੋਏ ਨੀ ਉਹ, ਠੀਕ ਹੈ, ਹੱਸੇ ਆ, ਮਤਲਬ ਪਹਿਲਾਂ ਉਹਨੇ ਇਹ ਕੀਤਾ ਵੀ ਦਾਈ ਹੈਰਾਨ ਰਹਿ ਗਈ। ਠੀਕ ਹੈ, ਇਹਦਾ ਮਤਲਬ ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਬਰਥ, ਜਦੋਂ ਮਾਤਾ ਜੀ ਪ੍ਰੈਗਨੈਂਟ ਹੁੰਦੇ ਆ ਮਾਤਾ ਤ੍ਰਿਪਤਾ, ਉਸ ਵੇਲੇ ਕੋਈ ਰੱਬੀ ਕ੍ਰਿਸ਼ਮੇ ਦੀ ਕਿਤੇ ਗੱਲ ਨਹੀਂ ਹੁੰਦੀ ਕਿਉਂਕਿ ਪਹਿਲਾਂ ਰੱਬ ਨਹੀਂ ਪ੍ਰਗਟ ਹੋਇਆ। ਇਹ ਤਾਂ ਗੱਲ ਜਿਹੜੇ ਬਹੁਤ ਵੱਡੇ ਸ਼ਰਧਾਲੂ ਆ ਨਾ ਉਹ ਵੀ ਮੰਨਦੇ ਆ, ਔਰ ਉਹ ਤੋਂ ਬਾਅਦ ਵੀ ਉਹ ਫਸ ਗਏ, ਉਹ ਇੱਦਾਂ ਨਹੀਂ ਹੋਇਆ, ਉਹਨੇ ਇੱਕ ਸੋਨੇ ਵਾਲੀ ਗੱਲ ਤਾਂ ਕਹਿਤੀ, ਉਹ ਤੋਂ ਬਾਅਦ ਉਹਨਾਂ ਤੋਂ ਕੁਛ ਨਹੀਂ ਕਰ ਹੋਇਆ, ਉਹਨਾਂ ਨੂੰ ਬੇਈ ਨਦੀ ਚ ਭੇਜਣਾ ਪਿਆ ਉਹਨਾਂ ਨੂੰ ਇਸ ਸਟੇਜ ਤੇ ਜਾ ਕੇ, ਉਹ ਕਿਉਂਕਿ ਹੁਣ ਸਾਲ ਜਾਣੀ 6 ਮਹੀਨੇ ਦੇ ਸੀ, ਉਹ ਸਾਲ ਦੇ ਸੀ, 2 ਸਾਲ ਦੇ ਸੀ, ਕੋਈ ਵੀ ਰੱਬੀ ਕ੍ਰਿਸ਼ਮਾ ਹੈ ਨਹੀਂ ਸੀ ਉਹਨਾਂ ਦੇ ਕੋਲ ਸਾਬਤ ਕਰਨੇ ਨੂੰ।
ਉਹਨਾਂ ਨੂੰ ਇਹ ਕਰਨਾ ਪਿਆ ਵੀ ਉਹ 7-9 ਸਾਲ ਦੀ ਉਮਰ ਦੇ ਵਿੱਚ ਬਈ ਦੇ ਵਿੱਚ ਚੱਲ ਗਏ ਆ, 3 ਦਿਨ ਵਿੱਚ ਰਹੇ ਆ, ਰੱਬ ਕੋਲ ਜਾ ਕੇ ਆ ਕੇ ਫਿਰ ਜਪਜੀ ਲੈ ਕੇ ਆਏ ਆ। ਹੁਣ ਇਹਦਾ ਮਤਲਬ ਉਹ ਜਿਹੜਾ ਵਿਚਾਲੇ ਦਾ ਸਮਾਂ ਸੀ ਉਦੋਂ ਸਰੀਰ ਦਾ ਕੀ ਬਣਦਾ ਸੀ ਗੁਰੂ ਨਾਨਕ ਦੇਵ ਜੀ ਬਾਰੇ, ਤੇ ਲਹਿਣਾ ਜੀ ਦਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਕੋਲ ਆਉਣ ਦਾ ਪਹਿਲਾ ਸਮਾਂ ਸੀ ਉਦੋਂ ਉਹਨਾਂ ਦੇ ਸਰੀਰ ਵਿੱਚ ਕੀ ਹੁੰਦਾ ਸੀ। ਹੁਣ ਇਹਨਾਂ ਦੀਆਂ ਇਹਨਾਂ ਮਾਨਤਾਵਾਂ ਨੇ ਹੀ ਠਾਕਰ ਸਿੰਘ ਵਰਗਿਆਂ ਦੇ ਛੇਕ ਬੰਦ ਕਰਾਏ। ਆਹੋ ਬਿਲਕੁਲ ਬਿਲਕੁਲ। ਹੁਣ ਕੀ ਡਾਕਟਰ ਕੀ ਸੋਚਦੇ ਹੋਣਗੇ ਯਾਰ, ਜੇ ਹੁਣ ਕਿਸੇ ਡਾਕਟਰ ਨੂੰ ਪਤਾ ਲੱਗੇ ਵੀ ਨੀ ਆਹ ਸਾਖੀ ਜੋੜ ਦਿੱਤੀ ਜਾਣੀ ਤੇ ਅਸੀਂ ਤਾਂ ਕਿਹਾ ਸੀ ਇਹਨੂੰ ਕਬਜ਼ ਹੋਈ ਹੋਊਗਾ ਵੀ 8 ਦਿਨ ਹੋ ਗਿਆ, ਜਿਹੜੀ ਅੰਦਰ ਬਿਮਾਰੀ ਆ ਨਾ, ਪ੍ਰੋਬਲਮ ਜਿਹੜੀ ਇਹਦੀ ਆ, ਇਹਦੀ ਆਹ ਆ, ਇਹਨੂੰ ਕੁਛ ਇੱਦਾਂ ਦਾ ਖਾ ਲਿਆ, ਇਹਦੀ ਪ੍ਰੋਬਲਮ ਆ, ਵੱਧ ਗਈ ਅੰਦਰ ਗੈਸ ਵੱਧ ਗਈ ਸੀ, ਤੁਸੀਂ ਕਮਲਿਓ ਪਹਿਲਾਂ ਲੈ ਆਉਂਦੇ, ਅਸੀਂ ਕਰਦੇ ਉਹਦਾ ਕੁਛ ਕਰਦੇ, ਬਵਾਸੀਰ ਹੋਈ ਇਹਨੂੰ, ਆਹ ਪ੍ਰੋਬਲਮ ਹੋਈ ਆ, ਤੇ ਉਹਨੇ ਜਾ ਕੇ ਕਹਿਤਾ ਵੀ ਨਹੀਂ ਜੀ, ਉਹ ਕਹਿੰਦੇ ਵੀ ਟੋਇਲਟ ਨੀ ਆਉਂਦੀ ਤਾਂ ਛੇਕੇ ਹੈ ਨੀ ਸੀ, ਕਹਿੰਦੇ ਨਾਸਾ ਨਾਸਾ ਨੇ ਰੱਖਿਆ ਹੈ, ਪ੍ਰਕਾਸ਼ ਕੀਤਾ ਪਤਾ ਨਹੀਂ ਇਹਨਾਂ ਨੂੰ ਤਾਂ, ਉਹ ਤਾਂ ਰੱਬ ਵੀ ਕਹਿੰਦਾ ਹੋਣਾ ਵੀ ਕਿੱਥੇ ਯਾਰ। ਹੁਣ ਆਪਾਂ ਸੁਣਦੇ ਹਾਂ ਵੀਡੀਓ, ਉਹ ਵੀਡੀਓ ਜਿਹਦੇ ਵਿੱਚ ਆਮ ਤੇ ਖਾਸ ਦੀ ਜੰਗ ਚੱਲ ਪਈ, ਕੀ ਆਮ ਹੈ ਤੇ ਕੀ ਖਾਸ ਹੈ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਅਸਲ ਜੋ ਮਸਲਾ ਹੈ ਅੱਜ ਵੀ ਗੁਰੂ ਕੌਣ ਹੈ, ਮਸਲਾ ਸਾਡਾ ਇਹ ਜ਼ਰੂਰੀ ਨਹੀਂ ਵੀ ਅਸੀਂ ਕਿਸੇ ਦੀ ਵੀਡੀਓ ਪਲੇ ਕਰਕੇ ਇਹ ਸਪਸ਼ਟ ਕਰਨਾ ਹੈ, ਜਿਵੇਂ ਰਣਜੀਤ ਸਿੰਘ ਢੱਡਰੀਆਂ ਵਾਲਾ ਕਹਿੰਦਾ ਵੀ ਗੁਰੂ ਕੌਣ ਹੈ, ਉਦਾਂ ਵੀ ਸਾਨੂੰ ਇਹ ਗੱਲ ਸਪਸ਼ਟ ਕਰਨ ਦੀ ਲੋੜ ਹੈ, ਕੱਲੇ ਕੱਲੇ ਨੂੰ ਸਾਨੂੰ ਇਹ ਗੱਲ ਦ੍ਰਿੜ ਕਰਨ ਦੀ ਲੋੜ ਹੈ ਵੀ ਗੁਰੂ ਦੀ ਪਰਸਨੈਲਿਟੀ ਕੀ ਹੈ। ਮਸਲਾ ਕਿਸੇ ਦੀ ਵੀਡੀਓ ਦਾ ਜਵਾਬ ਦੇਣ ਦਾ ਵੀ ਨਹੀਂ ਹੈ, ਆਪਣੇ ਆਪ ਦੇ ਵਿੱਚ ਪਰਪੱਕ ਹੋਣ ਦਾ, ਦ੍ਰਿੜ ਹੋਣ ਦਾ ਵੀ ਹੈ ਵੀ ਗੁਰੂ ਦੀ ਪਰਸਨੈਲਿਟੀ ਕੀ ਹੈ। ਆਓ ਸਭ ਤੋਂ ਪਹਿਲਾਂ ਆਪਾਂ ਚਲਾਉਂਦੇ ਹਾਂ ਵੀਡੀਓ ਤੇ ਨਾਲ ਨਾਲ ਕਰਦੇ ਹਾਂ ਵਿਚਾਰ ਵੀ ਗੁਰੂ ਦੀ ਪਰਸਨੈਲਿਟੀ ਕੀ ਹੈ। ਜਵਾਬ ਨਹੀਂ ਕੌਣ ਹੈ ਗੁਰੂ, ਆਮ ਹੈ ਐਂਡ ਚ ਕਿ ਗੁਰੂ, ਐਂਡ ਚ ਇਹਨੇ ਬਿਲਕੁਲ ਉਲਟ ਗੱਲ ਕਹੀ ਹੈ, ਕਹਿੰਦਾ ਇੱਦਾਂ ਹੀ ਜਵਾਬ ਦੇਵਾਂਗੇ, ਅੱਗੇ ਵੀ ਬਾਜਕ ਰੱਖਾਂਗੇ, ਦਿੰਦੇ ਰਹਾਂਗੇ ਜਵਾਬ। ਪਹਾੜੀ ਦੇਸ਼ਾਂ ਵਾਲਿਆਂ ਦਾ ਕੋਈ ਨਹੀਂ ਕਹਿੰਦਾ, ਇਹਨੂੰ ਜ਼ਰੂਰ ਦੇਵਾਂਗੇ। ਖਾਸ ਹੈ, ਆਮ ਹੈ, ਆਮ ਮਤਲਬ ਮਾਮੂਲੀ, ਮਾਮੂਲੀ ਇਹ ਵੀ ਆਪਣੀ ਆਪਣੀ ਪਰਿਭਾਸ਼ਾ ਤੋਂ ਭਾਵ ਹੁੰਦਾ ਹੈ ਸਧਾਰਨ, ਉਹਦਾ ਆਮ ਪੁਣਾ, ਉਹਦਾ ਸਧਾਰਨ ਪੁਣਾ, ਮਾਮੂਲੀ ਪੁਣਾ, ਰੋਟੀ ਖਾਣ ਤੋਂ, ਬੱਚੇ ਪੈਦਾ ਕਰਨ ਤੋਂ ਜਾਂ ਮਾਂ ਦੇ ਪੇਟ ਤੋਂ ਜੰਮਣ ਨਾਲ ਪ੍ਰਗਟ ਨਹੀਂ ਹੁੰਦਾ, ਨਾ ਹੀ ਇਹ ਕੋਈ ਮਿਆਰ ਹੈ ਕਿਸੇ ਦੇ ਆਮ ਨੂੰ ਤੇ ਖਾਸ ਨੂੰ ਪ੍ਰਗਟ ਕਰਨ ਦਾ। ਉਹ ਉਹਦੇ ਕੰਮ ਦੱਸਦੇ ਨੇ, ਉਹ ਉਹਦੀ ਸ਼ਖਸੀਅਤ ਦੱਸਦੀ ਹੈ, ਸ਼ਖਸੀਅਤ ਸਮੁੱਚੇ ਰੂਪ ਦੇ ਵਿੱਚ ਜੋ ਕਰੀ ਜਾਂਦੀ ਹੈ। ਗਦਿਆ ਇਹੀ ਤਾਂ ਗੱਲ ਕਹੀ ਹੈ ਢੱਡਰੀਆਂ ਵਾਲੇ ਨੇ, ਕੰਮਾਂ ਕਰਕੇ ਖਾਸ ਆ, ਬਿਲਕੁਲ ਇੱਕ ਬੰਦਾ ਗਾ ਰਿਹਾ ਆ ਉਹ ਗਾਉਣ ਕਰਕੇ ਉਹਦਾ ਖਾਸ ਗੁਣ ਆ, ਡਾਕਟਰ ਦਾ ਡਾਕਟਰੀ ਕਰਕੇ ਖਾਸ ਆ, ਇੰਜੀਨੀਅਰ ਦਾ ਇੰਜੀਨੀਅਰਿੰਗ ਕਰਕੇ ਖਾਸ ਆ, ਖਾਸ ਦੀ ਪਰਿਭਾਸ਼ਾ ਉਹੀ ਹੈ, ਇਹੀ ਹੈ ਪਰਿਭਾਸ਼ਾ। ਬਾਕੀ ਬਾਕੀ ਆਮ ਜਿਹੜਾ ਦਰਦ ਹੁੰਦਾ ਜਿਹੜਾ ਜਿਹੜਾ ਸਾਡਾ ਕੀ ਗੁਰੂ ਸਾਹਿਬ ਅੱਖਾਂ ਤੋਂ ਬਿਨਾ ਕਿਸੇ ਹੋਰ ਸਾਧਨ ਰਾਹੀਂ ਦੇਖਦੇ ਹੋਣਗੇ? ਨਹੀਂ, ਇਹ ਕਹਿੰਦੇ ਤੀਜਾ ਨੇਤਰੀਆ, ਇਹ ਕਹਿੰਦੇ ਇਹਨਾਂ ਅੱਖਾਂ ਨਾਲ ਨਹੀਂ ਦੇਖਦੇ। ਅੱਛਾ, ਬਸ ਗੁਰਬਾਣੀ ਚ ਭਗਤੀ ਹੁੰਦੀ ਨਾ, ਸੋ ਅੱਖੜੀਆਂ ਬਿਹਨ ਜਿਹਨਾਂ ਡਸਨ ਦੋ ਮਾਪੀਰੀ, ਉਹਦੇ ਅਰਥ ਇੱਦਾਂ ਕਰਦੇ ਵੀ ਉਹ ਅੱਖਾਂ ਹੋ ਰਿਹਾ, ਠੀਕ ਹੈ ਜਿਹਨਾਂ ਨੂੰ, ਗੱਲ ਤਾਂ ਵਿਜ਼ਨਰੀ ਆ ਤੁਹਾਡੀ। ਨਾਲੇ ਇੱਕ ਗੱਲ, ਜਿੰਨੇ ਵੀ ਜਾਗਰੂਕ ਸੁਣਦੇ ਆ, ਇੱਕ ਗੱਲ ਤਾਂ ਐਨ ਚੰਗੀ ਤਰ੍ਹਾਂ ਦਿਮਾਗ ਦੇ ਵਿੱਚ ਬਿਠਾ ਲੈਣ ਵੀ ਅਸੀਂ ਜਿਹੜੇ ਰੇਡੀਓ ਵਾਲੇ ਆ, ਇਹ ਗੱਲ ਤਾਂ ਅਸੀਂ ਵੀ ਸੋਚਦੇ ਆ ਵੀ ਜੇਕਰ ਖਾਸ ਸ਼ਬਦ ਹੋਂਦ ਵਿੱਚ ਹੈਗਾ ਆ, ਉਹ ਤਾਂ ਹੀ ਆ ਨਾ ਹੋਂਦ ਵਿੱਚ, ਕਿਉਂਕਿ ਆਮ ਹੈਗਾ ਆ ਤੇ ਉਹਦੇ ਕੋਈ ਅਰਥ ਆ, ਸਾਨੂੰ ਵੀ ਪਤਾ ਆ, ਅਸੀਂ ਇਹਨੇ ਵੀ ਨੀ ਖਬਰ। ਆਹੋ ਵੀ ਖਾਸ ਹੈਗਾ ਆ ਕੁਛ ਨਾ ਕੁਛ, ਪਰ ਉਸ ਜਿਹੜੀ ਖਾਸ ਦੀ ਪਰਿਭਾਸ਼ਾ ਆ ਉਹ ਭਾਈ ਰਣਜੀਤ ਸਿੰਘ ਨੇ ਬਹੁਤ ਵਧੀਆ ਤਰੀਕੇ ਨਾਲ ਦੇ ਦਿੱਤੀ ਹੈ। ਅਸੀਂ ਉਹੀ ਕਹਿੰਦੇ ਹਾਂ ਵੀ ਬੰਦਾ ਆਪਣੇ ਕੰਮਾਂ ਕਰਕੇ ਖਾਸ ਆ, ਆਪਣੀ ਸੋਚ ਕਰਕੇ, ਆਪਣੀ ਸ਼ਖਸੀਅਤ ਕਰਕੇ ਖਾਸ ਆ, ਜਿਹੜੇ ਕੁਦਰਤੀ ਜਿਹੜੇ ਨਿਯਮ ਆ ਉਹਨਾਂ ਤੋਂ ਬਾਹਰ ਜਾ ਕੇ ਖਾਸ ਨਹੀਂ ਹੈਗਾ। ਬਸ ਸਾਨੂੰ ਜਾਣੀ ਅਗਲੇ ਦੀ ਕਾਬਲੀਅਤ ਜਿਹੜੀ ਆ ਨਾ ਉਹ ਸਾਬਤ ਕਰਨ ਲਈ, ਇਹ ਬ੍ਰਾਹਮਣ ਦਾ ਕੰਸੈਪਟ ਸੀਗਾ, ਅਗਲੇ ਨੂੰ ਸਾਬਤ ਕਰਨ ਲਈ ਉਹਦੀ ਕੋਈ ਸ਼ਬਦ ਨਹੀਂ ਸੀ, ਕੁਛ ਇੱਦਾਂ ਹੋਰ ਕੁਛ ਹੈ ਨਹੀਂ ਸੀ ਦਿਖਾਉਣ ਲਈ, ਠੀਕ ਹੈ, ਉਹ ਫਿਰ ਉਹ ਇੱਦਾਂ ਦਾ ਕੁਛ ਦਿਖਾਉਂਦਾ ਸੀ, ਕੋਈ ਸ਼ਕਤੀ ਜਿਹੜੀ ਆ ਨਾ, ਕੋਈ ਗੈਰ ਕੁਦਰਤੀ ਤਾਕਤ ਉਹਨੂੰ ਦੇ ਕੇ ਉਹ ਸਾਬਤ ਕਰਨਾ ਚਾਹੁੰਦਾ ਸੀ ਕਿ ਇਹ ਵਧੀਆ ਆ। ਪਰਸਨੈਲਿਟੀ ਜੋ ਸਮੁੱਚੇ ਰੂਪ ਚ ਹੁੰਦੀ ਹੈ, ਜੋ ਕਿਸੇ ਸ਼ਖਸੀਅਤ ਦਾ ਇੱਕ ਪੈਕੇਜ ਰੂਪ ਹੁੰਦਾ ਹੈ। ਆਓ ਆਪਾਂ ਚਲਾਉਂਦੇ ਹਾਂ ਵੀਡੀਓ ਤੇ ਨਾਲ ਕਰਦੇ ਹਾਂ ਗੱਲਬਾਤ। ਇੱਕ ਬੋਲਦਾ ਜਿਹੜਾ ਪੰਕਤੀ ਲਾਈਨ ਬੋਲਦਾ ਹੈ, ਅੱਜ ਧਿਆਨ ਨਾਲ ਸੁਣਿਓ ਲੋ, ਇੱਥੋਂ ਹੀ ਹੋਇਆ ਨਾ, ਇਹ ਤੋਂ ਪਹਿਲਾਂ ਇੱਕ ਪੰਕਤੀ ਸੁਣਦੇ ਹਾਂ। ਲੋ ਇੱਕ ਪੰਕਤੀ ਗਾ ਵੀ, ਗੁਰਸਿੱਖ ਮੀਤ ਚੱਲੋ ਗੁਰ ਚੱਲਦੀ, ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ। ਧਿਆਨ ਨਾਲ ਸੁਣਿਓ, ਗੁਰਸਿੱਖ ਮੀਤ ਚੱਲੋ ਗੁਰ ਚੱਲਦੀ, ਜੋ ਗੁਰ ਕਹੇ ਸੋਈ ਪਲ ਮਾਨੋ
ਹਰ ਹਰ ਕਥਾ ਨਿਰਾਲੇ। ਲੋਰਤ ਨਹੀਂ ਕਰਨੇ ਪਰ ਸੁਣਿਓ, ਮੈਨੂੰ ਇਹ ਗੱਲ ਦਾ ਜਵਾਬ ਦਿਓ, ਧਿਆਨ ਨਾਲ ਦਿਓ। ਆ ਜਿਹੜਾ ਅੰਗਰੇਜ਼ ਸਿੰਘ ਮੇਰੇ ਨਾਲ ਬੋਲਦਾ, ਕਿ ਖਾਸ ਬੰਦਾ ਹੈ ਕਿ ਆਮ ਬੰਦਾ? ਆਵਾਜ਼ ਤੁਸੀਂ ਸੁਣ ਲਈ ਹੈ, ਸੋਚ ਕੇ ਦੱਸੋ ਇਹ ਖਾਸ ਬੰਦਾ ਹੈ ਕਿ ਆਮ ਬੰਦਾ? ਬੋਲੋ। ਇਹਦਾ ਜਵਾਬ ਤੁਹਾਨੂੰ ਅਸੀਂ ਦਿੰਨੇ ਆ, ਤੁਸੀਂ ਉੱਚੀ ਥਾਂ ਤੇ ਬਹਿ ਕੇ ਤੇ ਸਾਹਮਣੇ ਸਵਾਲ ਪੁੱਛ ਰਿਹਾ, ਜੇ ਤੁਹਾਨੂੰ ਕਿਸੇ ਨੇ ਜਵਾਬ ਇਹਦਾ ਕੀ ਦੇਣਾ? ਅਸੀਂ ਦਿੰਨੇ ਆ ਤੁਹਾਨੂੰ ਜਵਾਬ। ਉਹ ਨਾ ਆਮ ਹੈ ਨਾ ਖਾਸ ਹੈ, ਉਹ ਅਭਿਆਸੀ ਹੈ, ਉਹਦਾ ਅਭਿਆਸ ਹੈ। ਜੋ ਉਹਨੇ ਗਾਇਆ ਹੈ ਨਾ, ਜੋ ਗੀਤ ਉਹਨੇ ਗਾਇਆ ਹੈ, ਜਾਂ ਮਿਊਜ਼ਿਕ ਜਾਂ ਉਹਦਾ ਗਾਉਣ ਪੁਣਾ ਹੈ, ਉਹਦੇ ਅਭਿਆਸ ਚੋਂ ਪ੍ਰਗਟ ਹੋਇਆ ਹੈ, ਉਸ ਚੀਜ਼ ਦਾ ਅਭਿਆਸ ਕੀਤਾ ਹੈ ਤੇ ਉਹ ਗਾ ਗਿਆ ਹੈ, ਵਧੀਆ ਗਾ ਗਿਆ ਹੈ, ਉਹਦਾ ਅਭਿਆਸ ਹੈ। ਗਾਉਣਾ ਕਿਸੇ ਨੂੰ ਆਮ ਜਾਂ ਖਾਸ ਘੋਸ਼ਿਤ ਨਹੀਂ ਕਰਦਾ। ਅੱਗੇ ਗਾਉਣ ਦੇ ਸੰਬੰਧ ਵਿੱਚ ਆਪਾਂ ਗੱਲ ਕਰਦੇ ਹਾਂ, ਪਰ ਤੁਹਾਡੀ ਅਗਲੀ ਗੱਲ ਬਸ ਸੁਣਾ ਦੀ ਹੈ ਪਹਿਲਾਂ। ਖਾਸ ਹੈ ਕਿ ਆਮ ਹੈ? ਆਮ ਹੈ, ਇਹਨੂੰ ਸਮਝ ਨਹੀਂ ਲੱਗੀ। ਖਾਸ ਹੈ ਕਿ ਆਮ ਹੈ? ਅੱਧੇ ਖਾਸ ਹੋਈ ਜਾਂਦੇ, ਅੱਧੇ ਆਮ ਹੋਈ ਜਾਂਦੇ। ਹੁਣ ਤੁਸੀਂ ਦੱਸੋ ਬਈ, ਇਹ ਖਾਸ ਬੰਦਾ ਹੈ ਕਿ ਆਮ ਹੈ? ਆਮ ਹੈ। ਅੱਛਾ, ਫਿਰ ਇਹਦੇ ਵਾਂਗੂ ਸਾਰੇ ਗਾ ਸਕਦੇ? ਫਿਰ ਤੁਸੀਂ ਆਮ ਕਿਵੇਂ ਕਹਿੰਦੇ? ਜੇ ਤੁਸੀਂ ਕਹਿੰਦੇ ਹੋ ਵੀ ਇਹ ਆਮ ਬੰਦਾ, ਫਿਰ ਹਰੇਕ ਬੋਲੂ ਇੱਦਾਂ? ਦੱਸੋ, ਨਹੀਂ ਨਾ ਬੋਲ ਸਕਦਾ? ਆਹ ਢੋਲਕ ਵਜਾਉਂਦਾ ਸਿੰਘ, ਜੇ ਤੁਸੀਂ ਇਹ ਕਹਿੰਦੇ ਵੀ ਆਮ ਬੰਦਾ ਹੈ, ਫਿਰ ਹਰੇਕ ਵਜਾ ਲੂ ਇੱਦਾਂ? ਪਹਿਲਾਂ ਵੀ ਕਹਿ ਚੁੱਕੇ, ਜਿਹੜਾ ਵੀ ਅਭਿਆਸ ਕਰੇਗਾ, ਅਭਿਆਸੀ ਹਰ ਗੁਣ ਨੂੰ ਗ੍ਰਹਿਣ ਕਰ ਸਕਦਾ ਹੈ, ਹਰ ਕਲਾ ਨੂੰ ਗ੍ਰਹਿਣ ਕਰ ਸਕਦਾ ਹੈ। ਆਪੇ ਜਵਾਬ ਨਹੀਂ ਦੇਈ ਜਾਂਦਾ, ਆਪੇ ਜਵਾਬ ਆ ਤਾਂ ਆਪਣੇ ਆਪ ਹੀ ਹਰ ਕਲਾ ਨੂੰ ਗ੍ਰਹਿਣ ਕਰ ਲਊਗਾ। ਕੱਲ ਬਲਜਿੰਦਰ ਕਹਿੰਦਾ ਸੀ ਵੀ ਪੰਥ ਪ੍ਰੀਤ ਨੂੰ 20-25 ਸਾਲ ਹੋ ਗਏ ਕੀਰਤਨ ਕਰਦੇ ਨੂੰ, ਵੀ ਉਹ ਕਿਉਂ ਨੀ ਅੰਗਰੇਜ਼ ਵਾਂਗੂ ਗਾ ਸਕਦਾ? ਅਭਿਆਸ ਤਾਂ ਜ਼ਿਆਦਾ ਕੀਤਾ ਹੋਣਾ ਉਹਨੇ, ਜ਼ਿਆਦਾ ਸਮੇਂ ਦਾ ਲੱਗਾ ਆ। ਨਹੀਂ ਜੇ ਇਹ ਗੱਲ ਆ, ਫਿਰ ਪ੍ਰੋਫੈਸਰ ਦੀਆਂ ਸਿਫਤਾਂ ਕਦੇ ਕਰੀ ਜਾਂਦੇ ਆ ਵੀ ਉਹਦਾ ਦੇਣ ਨਹੀਂ ਦੇ ਸਕਦਾ? ਆਹੋ, ਇਹਨਾਂ ਦੀ ਆਪਣੀ ਗੱਲ ਆਪੇ ਘੱਟ ਹੋ ਜਾਂਦੀ ਆ। ਫਿਰ ਸਾਨੂੰ ਕਦੇ ਕਹੀ ਜਾਂਦੇ ਵੀ ਜਿਹੜੇ ਜਾਗਰੂਕ ਪ੍ਰਚਾਰਕ ਆ ਉਹਨਾਂ ਦੀ ਬਹੁਤ ਦੇਣ ਆ, ਕੀ ਗੱਲ? ਅਭਿਆਸ ਹੀ ਕੀਤਾ ਉਹਨੇ, ਅਸੀਂ ਨੀ ਕਰ ਸਕਦੇ? ਉਹ ਮਾਮੇ ਲੱਗਦੇ ਆ, ਅਸੀਂ ਨੀ ਸਵਾਲ ਕਰ ਸਕਦੇ ਉਹਨਾਂ ਤੇ? ਬਿਲਕੁਲ ਨਹੀਂ ਨਹੀਂ, ਆਪੇ ਘੱਟ ਹੀ ਜਾਂਦੇ। ਆਪਣੀ ਗੱਲ ਕਰੀਏ, ਅਭਿਆਸ ਚੋਂ ਕਲਾ ਪ੍ਰਗਟ ਹੁੰਦੀ ਹੈ। ਢੋਲਕ ਵਜਾਉਣਾ ਇੱਕ ਕਲਾ ਹੈ, ਅਭਿਆਸ ਚੋਂ ਕਲਾ ਪ੍ਰਗਟ ਹੋਏਗੀ। ਨਹੀਂ ਵੱਜਣੀ, ਨਹੀਂ ਨਾ ਵੱਜਣੀ, ਬੋਲਦਾ ਉਹ ਮਨ ਮਨ। ਤੁਸੀਂ ਕਹਿੰਦੇ ਹੋ ਆਮ ਬੰਦਾ ਹੈ, ਫਿਰ ਬੁਲਾਓ ਸਾਰਿਆਂ ਨੂੰ, ਤੁਸੀਂ ਦੱਸੋ, ਹੁਣ ਦੱਸੋ ਆਮ ਹੈ ਕਿ ਖਾਸ ਹੈ? ਹੁਣ ਤੁਸੀਂ ਕਹਿ ਤਾਂ ਖਾਸ ਹੈ, ਹੁਣ ਕਹਿ ਤਾਂ ਖਾਸ ਹੈ, ਹੁਣ ਇਹ ਦੱਸੋ ਵੀ ਤੁਹਾਡੇ ਵਾਂਗੂ ਰੋਟੀ ਨੀ ਖਾਂਦਾ ਹੈ? ਮੈਂ ਹੈਰਾਨ ਹਾਂ ਤੁਹਾਡੀਆਂ ਮਿਸਾਲਾਂ ਤੇ। ਸਰਦਾਰ ਜਗਰੂਪ ਸਿੰਘ ਜੀ ਵੀ ਸਟੂਡੀਓ ਚ ਆ ਗਏ ਨੇ। ਮੈਂ ਹੈਰਾਨ ਹਾਂ ਤੁਹਾਡੀਆਂ ਮਿਸਾਲਾਂ ਤੇ, ਵੀ ਕਿਹੜੀਆਂ ਮਿਸਾਲਾਂ ਦੇਣ ਪੈ ਗਏ ਜੀ ਵੀ ਰੋਟੀ ਨੀ ਖਾਂਦਾ ਏ, ਇਹ ਨਿਆਣੇ ਨੀ ਜੰਮਦਾ, ਕੀ ਰੋਟੀ ਖਾਣੀ ਤੇ ਨਿਆਣੇ ਜੰਮਣਾ ਇਹ ਕੋਈ ਆਮ ਤੇ ਖਾਸ ਹੋਣ ਦਾ ਪੈਰਾਮੀਟਰ ਹੈ? ਕੀ ਇਹਦੇ ਨਾਲ ਇਹ ਕੋਈ ਪੈਮਾਨਾ ਵੀ ਜਿਹਦੇ ਨਾਲ ਇਹ ਨੀਯਤ ਕੀਤਾ ਜਾ ਸਕਦਾ ਵੀ ਰੋਟੀ ਖਾਣ ਵਾਲੇ ਜਾਂ ਪਾਣੀ ਪੀਣ ਵਾਲੇ ਜਾਂ ਚਾਹ ਪੀਣ ਵਾਲੇ ਜਾਂ ਨਿਆਣੇ ਜੰਮਣ ਵਾਲੇ ਜਿਹੜੇ ਆ ਉਹ ਓਦਾਂ ਖਾਸ ਹੋ ਸਕਦੇ ਨੇ, ਪਰ ਹੈ ਆਮ? ਇਹ ਨਿਯਮ ਹੈ ਕੁਦਰਤ ਦਾ, ਇਹ ਨਿਯਮ ਪ੍ਰਣਾਲੀ ਹੈ, ਤੇ ਜਿਹੜੀ ਕੁਦਰਤ ਦੀ ਨਿਯਮ ਪ੍ਰਣਾਲੀ ਹੈ ਹਰ ਨਿਯਮ ਕੁਦਰਤ ਦਾ ਖਾਸ ਹੈ। ਜੇ ਉਹ ਨਿਆਣੇ ਜੰਮੇ ਨੇ ਨਾ, ਜੇ ਉਹ ਖਾਸ ਹੈ ਤੇ ਨਿਆਣੇ ਜੰਮ ਕੇ ਵੀ ਖਾਸ ਹੈ, ਜੇ ਉਹ ਖਾਸ ਹੈ ਪਤਾ ਕੀ ਗੱਲ ਆ, ਜਿੱਦਾਂ ਮੈਨੂੰ ਜਿਹੜੀ ਗੱਲ ਲੱਗਦੀ ਆ ਵੀ ਪ੍ਰਭਦੀਪ ਦੀ, ਹੁਣ ਮੈਂ ਮਤਲਬ ਪ੍ਰਭਦੀਪ ਵਾਂਗੂ ਤਾਂ ਨਹੀਂ ਸੋਚ ਸਕਦਾ, ਕੋਸ਼ਿਸ਼ ਕਰਕੇ ਦੇ ਦੇਵੇ ਕੀ ਸੋਚ ਰਿਹਾ ਹੈ, ਮਤਲਬ ਇਹਨੂੰ ਆਪ ਨੀ, ਕਿਉਂਕਿ ਜਿਹੜੀ ਗੱਲ ਕੁਦਰਤ ਦੇ ਨਾਲ ਕਲੈਸ਼ ਕਰਦੀ ਆ ਉਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਕਿਸੇ ਇਨਸਾਨ ਦੀ ਬੁੱਧੀ ਜਿੰਨੀ ਮਰਜ਼ੀ ਚਲੇ ਜਾਵੇ ਦੂਰ ਤੱਕ, ਕਿਉਂਕਿ ਉਹ ਕੁਦਰਤ ਦੇ ਨਿਯਮ ਨਾਲ ਟਕਰਾਉਂਦੀ। ਹੁਣ ਜਿਹੜੀਆਂ ਇਹਦੀਆਂ ਗੱਲਾਂ ਕੁਦਰਤ ਨਾਲ ਟਕਰਾਉਣੀਆਂ ਆ, ਕਿੱਦਾਂ ਵਿਚਾਰਾ ਉਹਨਾਂ ਨੂੰ ਸਾਬਿਤ ਕਰ ਦੋ? ਹਾਂਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਬਾਜੀ, ਰੇਡੀਓ ਤੇ ਆਉਂਦੇ ਹਾਂ ਜੀ ਤੁਸੀਂ? ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਕਿਹਾ ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ। ਗੱਲ ਭਾਜੀ, ਇਹ ਤਾਂ ਪਹਿਲਾਂ ਜਦੋਂ ਤੁਸੀਂ ਕਵਿਤਾ ਚਲਾਈ ਸੀ ਨਾ, ਹਨਾ ਵਾਲੀ ਰੇਡੀਓ ਆਪਣਾ ਬ੍ਰੇਕ ਦਾ, ਹਾਂਜੀ,
ਤੇ ਮੇਰੇ ਘਰ ਵਾਲੀ ਕੋਲ ਬੈਠੀ ਤੇ ਉਹ ਵੀ ਰੇਡੀਓ ਸੁਣਦੀ ਰਹਿੰਦੀ ਹੈ ਹਨਾ ਜੀ। ਹਾਂਜੀ। ਉਹਨੇ ਜਦੋਂ ਪਹਿਲੀ ਉਹ ਲਾਈਨ ਬੋਲੀ ਕਹਿੰਦਾ ਵੀ ਗਿਆ ਗਰਕ ਧੁੰਦੇ ਆ, ਮੇਰੇ ਘਰ ਵਾਲੀ ਕਹਿੰਦੀ ਹਾਏ ਹਾਏ ਕਹਿੰਦੀ ਹੁਣ ਧੁੰਦੇ ਦਾ ਕੀ ਬਣੂਗਾ, ਕਹਿੰਦੀ ਸ਼ਰਮ ਨਾਲੇ ਮਰ ਜਾਣਾ ਚਾਹੀਦਾ। ਮੈਂ ਕਿਹਾ ਨਹੀਂ ਨਹੀਂ ਏਦੂ ਵੀ ਬੇਸ਼ਰਮ ਬੰਦੇ ਆ ਹਨਾ, ਅਜੇ ਤਾਂ ਹੋਰ ਅੜੀਕਣਗੇ ਉਹ ਤਾਂ। ਉਹੀ ਹੈ ਜੀ ਭਾਜੀ, ਤੇ ਪਿੱਛੇ ਵੀਡੀਓ ਕੱਢ ਕੇ ਜਿਹੜੀ ਉਹ ਕੱਢੀ ਆ ਉਹਨੇ ਆਪਣਾ ਰਮਜਾਈਆਂ ਦਿੱਤੀਆਂ ਨੇ ਉਹ ਚ ਤਾਂ ਜਮਾ ਹੀ ਘਟੀਆ ਕੰਮ ਕਰਤਾ ਹਨਾ। ਤੇ ਗੱਲ ਭਾਜੀ ਕਰਨੀ ਸੀ ਥੋੜੀ ਜੀ ਜਾਗਰੂਕਾਂ ਬਾਰੇ ਹਨਾ। ਹਾਂਜੀ। ਇਹ ਜਿਹੜੀ ਹੁਣ ਇਹਨਾਂ ਨੇ ਭਾਜੀ ਇੱਕ ਤਾਂ ਇੱਕ ਦਾ ਰੌਲਾ ਪਾਇਆ ਨਾ, ਉਦੋਂ ਇਹਨਾਂ ਦਾ ਇੱਕ ਪ੍ਰਚਾਰਕ ਮੇਰੀ ਪਹਿਲਾਂ ਵੀ ਤੁਹਾਡੇ ਨਾਲ ਗੱਲ ਹੋਈ ਆ ਵੀ ਸਾਡੇ ਪਿੰਡ ਆਉਂਦਾ ਹਨਾ ਕਲਾਸਾਂ ਲਾਉਣ। ਤੇ ਭਾਜੀ ਉਹ ਬੰਦਾ ਉਦੋਂ ਪਹਿਲਾਂ ਦੋ ਮਹੀਨੇ ਪਹਿਲਾਂ ਮੇਰੇ ਨਾਲ ਉਹਦੀ ਬਹਿਸ ਹੋਈ ਤੇ ਉਹ ਮੈਨੂੰ ਕਹਿੰਦਾ ਜੀ ਵੀ 95% ਤਾਂ ਹੁਣ ਇਹ ਕਥਾ ਹੋ ਹੀ ਨੀ ਸਕਦੀ, ਸਾਰੇ ਏਕ ਤਾਲੇ ਮਸਲੇ ਤੋਂ ਪਹਿਲਾਂ ਦੋ ਮਹੀਨੇ ਜੀ। ਉਹ ਤਾਂ ਜਦੋਂ ਭਾਜੀ ਤੁਸੀਂ ਪੂਰਾ ਪ੍ਰੈਸ਼ਰ ਚ ਆ ਗਏ ਸੀ ਉਦੋਂ ਬਾਅਦ ਇਹਨਾਂ ਨੇ ਮੋਗੇ ਵਾਲੇ ਭੇਜੇ ਨੇ ਇੱਥੇ, ਕੋਈ ਸ਼ੱਕ ਨੀ ਜੀ ਉਹ ਤਾਂ ਹਾਂਜੀ ਮੌਕਾ ਦੇਖ ਕੇ ਇਹ ਜਿਹੜੀ ਹਾਂਜੀ ਹਾਂਜੀ ਇਹਨਾਂ ਦੀ ਸ਼ਮਾਹੀ ਮੀਟਿੰਗ ਹੁੰਦੀ ਆ ਨਾ ਉੱਥੇ ਉਹਨੂੰ ਇਹ ਜਿਵੇਂ ਇੱਕ CID ਵਾਲੇ ਦੀ ਬੈਠਕ ਨੀ ਬੈਠਦੀ ਹੁੰਦੀ ਐਵੇਂ ਸਮਝਦੇ ਆ ਵੀ ਆਪਾਂ ਨੇ ਕੋਈ ਕ੍ਰਿਮੀਨਲ ਫੜਨਾ ਆ ਹਨਾ, ਵੀ ਉੱਥੋਂ ਇਹਨਾਂ ਨੂੰ ਕਮਾਂਡਾਂ ਮਿਲਦੀਆਂ ਨੇ ਜਿਹੜੇ ਇਹਨਾਂ ਦੇ ਥੱਲੇ ਕੰਮ ਕਰਦੇ ਨੇ ਜਾਗਰੂਕ। ਤੇ ਉਹ ਭਾਜੀ ਆਇਆ ਸਾਡੇ ਪਿੰਡ ਕਲਾਸ ਲਾਉਣ ਹਨਾ, ਮੇਰੇ ਨਾਲ ਫਸਦੀ ਉਹਦੀ ਗਰਾਰੀ ਸ਼ੁਰੂ ਤੋਂ ਹੀ, ਮੈਨੂੰ ਪਤਾ ਆ ਵੀ ਇਹ ਹਰਨੇਕ ਸਿੰਘ ਨੂੰ ਸੁਣਦਾ ਆ। ਤੇ ਅਸੀਂ ਕਾਫੀ ਬੰਦੇ ਬੈਠੇ ਤੇ ਜੀ ਵਿੱਚ, ਚਲੋ ਗੱਲ ਚੱਲਦੀ ਚੱਲਦੀ ਉਹਨੂੰ ਪਤਾ ਆ ਵੀ ਮੈਂ 84 ਵਾਲੇ ਮਸਲੇ ਨੂੰ ਥੋੜਾ ਜਿਹਾ ਹੋਰ ਨਜ਼ਰੀ ਨਾਲ ਦੇਖਦਾ। ਤੇ ਉੱਥੇ ਆ ਕੇ ਜੀ ਉਹਨੇ ਗੱਲ ਛੇੜੀ, ਕਹਿੰਦਾ ਵੀ ਕਈ ਬੰਦੇ ਹੁਣ ਕਹਿੰਦਾ 84 ਵੇਲੇ ਵੀ ਬੋਲਣ ਲੱਗ ਗਏ ਵੀ ਸਿੱਖਾਂ ਨੇ ਗਲਤ ਘਰੇ ਹੱਕ ਮੰਗ ਕੇ ਜੇ ਉਹ ਹਨਾ। ਚਲੋ ਮੈਂ ਕੁਛ ਨੀ ਬੋਲਿਆ ਜੀ, ਉਦੋਂ ਬਾਅਦ ਉਹਨੇ ਦੇਖਿਆ ਵੀ ਬੋਲਦਾ ਨੀ ਉਹ, ਕਹਿੰਦਾ ਜੀ ਕਹਿੰਦਾ ਜਿਹਨੂੰ ਤੂੰ ਸੁਣਦਾ ਕਹਿੰਦਾ ਉਹ ਤਾਂ ਗੁਰੂਆਂ ਨੂੰ ਵੀ ਕਹਿੰਦਾ ਭੁੱਲਣ ਹਾਰ ਕਹਿੰਦਾ। ਮੈਂ ਕਿਹਾ ਜੀ ਤੁਸੀਂ ਐਵੇਂ ਫਤਵੇ ਨਾ ਦਿਓ, ਮੈਂ ਕਿਹਾ ਪੂਰੀ ਗੱਲ ਖੋਲ ਕੇ ਦੱਸੋ ਵੀ ਕੀ ਹੋਈ ਆ। ਕਹਿੰਦਾ ਮੈਨੂੰ ਕਹਿੰਦਾ ਚੱਲ ਤੂੰ ਹੀ ਦੱਸ ਦੇ ਸੁਣਦਾ ਤੂੰ ਆ। ਮੈਂ ਕਿਹਾ ਜੀ ਵੀ ਤੁਸੀਂ ਆਪਣੇ ਬੇਟੇ ਦੇ ਵਿਆਹ ਕਰਨ ਦਾ ਫੈਸਲਾ ਲਿਆ ਸੀ, ਮੈਂ ਕਿਹਾ ਵੀ ਤੁਹਾਨੂੰ ਪਤਾ ਸੀ ਵੀ ਇਹ ਪੂਰ ਚੜੂਗਾ ਬਾਅਦ ਚੋਂ, ਵੀ ਤਲਾਕ ਵੀ ਹੋ ਸਕਦਾ ਆ, ਵਧੀਆ ਵੀ ਲਿਵ ਸਕਦਾ ਹੈ ਨਾ ਭਾਜੀ, ਤਾਂ ਇੱਕ ਫੈਸਲਾ ਆ ਆਪਾਂ ਵਿਆਹ ਕਰਨ ਦਾ। ਤੇ ਮੈਂ ਕਿਹਾ ਜੀ ਕੀ ਗੁਰੂ ਸਾਹਿਬਾਨ ਵੀ ਐਵੇਂ ਫੈਸਲੇ ਲੈਂਦੇ ਤੇ ਵੀ ਉਹ ਪਤਾ ਹੁੰਦਾ ਸੀ ਸ਼ੁਰੂ ਤੋਂ ਵੀ ਇਹ ਸਹੀ ਹੈ ਹੋਣਾ। ਚਲੋ ਜੀ ਉਹ ਮੰਨ ਗਿਆ ਜਿਹੜੀ ਗੱਲ ਜਾਇਜ਼ ਹਨਾ, ਵੀ ਕਹਿੰਦਾ ਠੀਕ ਹੈ ਕਹਿੰਦਾ ਗੱਲ। ਮੈਨੂੰ ਕਹਿੰਦਾ ਉਦੋਂ ਬਾਅਦ ਜੀ ਚਲੋ ਮੈਨੂੰ ਪਤਾ ਲੈ ਗਿਆ ਜੀ ਉਹ, ਮੈਨੂੰ ਕਹਿੰਦਾ ਵੀ ਤੂੰ ਜਿਹੜੀ ਵੀ ਗੱਲ ਹੁੰਦੀ ਹੈ ਪ੍ਰਚਾਰਕਾਂ ਬਾਰੇ ਕਹਿੰਦਾ ਲੋਕਾਂ ਸਾਹਮਣੇ ਨਾ ਕਰਿਆ ਕਰ। ਅੱਛਾ। ਮੈਂ ਕਿਹਾ ਜੀ ਚਲੋ ਠੀਕ ਆ ਹਨਾ, ਮੈਂ ਨਹੀਂ ਕਰਿਆ ਕਰਦਾ, ਮੈਂ ਕਿਹਾ ਆਪਸ ਚ ਡਿਸਕਸ ਕਰ ਲੈਂਦੇ ਹਾਂ ਕੋਈ ਗੱਲ ਨਹੀਂ। ਚਲੋ ਜੀ ਉਦੋਂ ਬਾਅਦ ਉਹਨੂੰ ਪਿੰਡ ਦੇ ਵਿੱਚੋਂ ਨਾ ਬੱਚੇ ਇਕੱਠੇ ਕਰਕੇ ਗੁਰਦੁਆਰੇ ਬਿਠਾਉਂਦਾ ਹਨਾ, ਸੰਡੇ ਨੂੰ, ਸੰਡੇ ਦਾ ਦਿਨ ਸੀ ਸ਼ਾਇਦ, ਤੇ ਉਹਨਾਂ ਦੀ ਕਲਾਸ ਲਾਉਂਦਾ ਆ, ਇੱਕ ਓਂਕਾਰ ਤੋਂ ਸਟਾਰਟ ਕਰਦਾ ਆ, ਗੁਰੂ ਗ੍ਰੰਥ ਸਾਹਿਬ ਨੂੰ ਜਪਜੀ ਸਾਹਿਬ ਬਾਰੇ ਦੱਸਦਾ ਆ। ਹੁਣ ਮੈਨੂੰ ਤਾਂ ਭਾਜੀ ਇਹ ਗੱਲ ਕਹਿ ਦੀ ਕਹਿੰਦਾ ਪ੍ਰਚਾਰਕਾਂ ਬਾਰੇ ਕੁਛ ਨਾ ਬੋਲਿਆ ਕਰ। ਹੁਣ ਜਿਹੜੀ ਉਹਨੂੰ ਅੱਗੇ ਤੋਂ ਮਤਲਬ ਕਿ ਉਹ ਤੋਂ ਸ਼ਮਾਹੀ ਮੀਟਿੰਗ ਚੋਂ ਕਮਾਂਡਾਂ ਮਿਲੀਆਂ ਤੀਆਂ ਹਨਾ, ਉਹਨੇ ਉੱਥੇ ਚਲਾਤੀਆਂ ਆ ਕੇ, ਉਹਨੇ ਤਾਂ ਜੀ ਗੱਲ ਤੋਰ ਲਈ ਟਕਸਾਲ ਦੀ। ਕਹਿੰਦਾ ਵੀ ਟਕਸਾਲ ਨੂੰ ਆਪਾਂ ਬੱਚਿਆਂ ਨੂੰ ਛੋਟੇ ਛੋਟਿਆਂ ਨੂੰ ਜੀ ਕਹਿੰਦਾ ਟਕਸਾਲ ਨੂੰ ਮਾੜੀ ਨੀ ਆਪਾਂ ਕਹਿ ਸਕਦੇ, ਕਿਉਂਕਿ ਹੁਣ ਭਾਈ ਰਣਜੀਤ ਸਿੰਘ ਦਾ ਪੰਗਾ ਪਿਆ ਹੋਇਆ ਨਾ ਟਕਸਾਲ ਨਾਲ ਤਾਂ ਕਰ। ਬਸ 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 ਬਸ। ਤੇ ਮੈਂ ਦੋ ਸੋਚਾਂ ਜੀ, ਮੈਂ ਕਿਹਾ ਵੀ ਕਥਾ ਤਾਂ ਇਹ ਗੁਰਬਾਣੀ ਦੀ ਕਰਨ ਆਇਆ ਉਰੇ ਹਨਾ, ਵਿਚਾਰ ਵੀ ਬੱਚਿਆਂ ਨੂੰ ਵੀ ਕੁਛ ਵੀ ਨੀ ਪਤਾ, ਬੱਚਿਆਂ ਨੂੰ ਇੱਕੋ ਅੰਕਾਰ ਦਾ ਨੀ ਪਤਾ ਜੀ ਹਲੇ ਤਾਂ। ਕਹਿੰਦਾ ਜੀ ਟਕਸਾਲ ਦੀ ਬਹੁਤ ਵੱਡੀ ਦੇਣ ਆ ਆਪਾਂ ਨੂੰ, ਆਪਣੇ ਪਿੱਛੇ ਲੜੇ ਆ ਟਕਸਾਲ ਵਾਲੇ, ਚਲੋ ਮੈਂ ਸੁਣੀ ਗਿਆ ਜੀ ਹਨਾ। ਉਦੋਂ ਬਾਅਦ ਜੀ ਕਹਿੰਦਾ ਜੀ ਗੁਰੂ ਨੂੰ ਹੁਣ ਕਹਿੰਦਾ ਕਈ ਬੰਦੇ ਕਹਿੰਦਾ ਆਮ ਕਹਿਣ ਲੱਗ ਗਏ, ਕਹਿੰਦਾ ਗੁਰਬਾਣੀ ਦੇ ਵਿੱਚ ਵੀ ਆਉਂਦਾ ਕਰਤੇ ਕੀਮਤ ਕਰਤਾ ਜਾਣੇ ਜਾ ਜਾਣੇ ਗੁਰਸੂਰਾ, ਉਹਨੇ ਪੰਕਤੀ ਵਰਤੀ। ਉਦੋਂ ਬਾਅਦ ਜੀ ਉਹਦਾ ਢੱਡਰੀ ਵਾਲੇ ਬਾਬੇ ਦੇ ਗੁਰਦੁਆਰੇ ਬਾਰੇ ਸਟਾਰਟ ਹੋ ਗਿਆ, ਕਹਿੰਦਾ ਉੱਥੇ ਵੀ ਹੁਣੇ ਵੀ ਆਪਾਂ ਕਹਿੰਦਾ ਇੱਕ ਡੇਰਾ ਹੀ ਮੰਨਣਾ ਪਊ ਆਪਾਂ ਨੂੰ, ਉਰੇ ਕਹਿੰਦਾ ਹੁਣ ਜਿਵੇਂ ਮੱਝਾਂ ਰੱਖੀਆਂ ਹੋਈਆਂ ਨੇ ਉੱਥੇ ਕੰਮ ਕਰਦੇ ਨੇ, ਉਹ ਕਹਿੰਦਾ ਜਰਦਾ ਵੀ ਖਾਂਦੇ ਨੇ, ਭੁੱਕੀ ਵੀ ਖਾਂਦੇ ਨੇ, ਹੋਰ ਬਹੁਤ ਕੁਛ ਆ, ਜਿਹਨੇ ਟਕਸਾਲ ਨੂੰ ਤਾਂ ਉਹ ਤਾਹਾਂ ਚੱਕੇ ਜੀ ਰਣਜੀਤ ਸਿੰਘ ਉਹਦੀ ਹੇਠੀ ਕਰੇ। ਚਲੋ ਜੀ ਉਦੋਂ ਬਾਅਦ ਉਹਨੇ ਜਿਹੜੇ ਗਿਆਨ ਗੁਰੂ ਤੇ ਚੱਲ ਪਿਆ ਜੀ, ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੀ ਦੁਨੀਆਂ ਦਾ ਗਿਆਨ ਆ। ਚਲੋ ਮੈਂ ਸੁਣੀ ਗਿਆ ਸੁਣੀ ਗਿਆ ਜੀ। ਚਲੋ ਜਦੋਂ ਕਲਾਸ ਖਤਮ ਹੋਈ ਮੈਂ ਕਿਹਾ ਜੀ ਬਹਿ ਜਾਓ ਇੱਕ ਮਿੰਟ ਮੈਂ ਗੱਲ ਕਰਨੀ ਆ ਹਨਾ,
ਮੈਂ ਕਿਹਾ ਵੀ ਟਕਸਾਲ ਬਾਰੇ ਤੁਸੀਂ ਅਚਾਨਕ ਅੱਜ ਹੈ ਨਾ ਵੀ ਬੱਚੇ ਨੂੰ ਤਾਂ ਕੁਛ ਵੀ ਨੀ ਪਤਾ, ਕਹਿੰਦਾ ਜੀ ਨਹੀਂ ਦੱਸਣਾ ਪੈਂਦਾ ਆ ਸਿੱਖਾਂ ਦੀਆਂ ਪ੍ਰਾਪਤੀਆਂ ਜੇ ਉਹ। ਮੈਂ ਕਿਹਾ ਜੀ ਪ੍ਰਾਪਤੀ ਕੀ ਹੋਈ ਆ, ਹਨਾ ਕਹਾਣੀ ਹੋਇਆ, ਪ੍ਰਾਪਤੀ ਤਾਂ ਕੁਛ ਵੀ ਨੀ ਹੋਈ। ਮੈਂ ਕਿਹਾ ਜੀ ਦੂਜਾ ਤੁਸੀਂ ਪੰਕਤੀ ਵਰਤੀ ਆ ਵੀ ਜਾ ਜਾਣੇ ਗੁਰਸੂਰਾ, ਮੈਂ ਕਿਹਾ ਜੀ ਪੰਕਤੀ ਜਿਹਦੇ ਬਾਰੇ ਆ, ਇਹ ਕਹਿੰਦਾ ਗਿਆਨ ਗੁਰੂ ਬਾਰੇ ਆ। ਮੈਂ ਕਿਹਾ ਜੀ ਫਿਰ ਇਹ ਚ ਗੁਰੂ ਦੇ ਆਮ ਜਾਂ ਖਾਸ ਹੋਣ ਵਾਲੀ ਕੀ ਗੱਲ ਹੋਊਗੀ, ਹਨਾ ਜੇ ਤੁਸੀਂ ਇਹ ਗੱਲ ਦੱਸ ਕੇ ਵੀ ਆਹ ਪੰਕਤੀ ਵਰਤੀ, ਇਹਦਾ ਤਾਂ ਕੋਈ ਸੰਬੰਧ ਨੀ। ਤੇ ਤੀਜਾ ਮੈਂ ਕਿਹਾ ਤੁਸੀਂ ਕਿਹਾ ਵੀ ਸਾਰੀ ਦੁਨੀਆਂ ਦਾ ਗਿਆਨ ਗੁਰੂ ਪਾਤਸ਼ਾਹ ਦੇ ਵਿੱਚ, ਮੈਂ ਕਿਹਾ ਜੀ ਜੇ ਹੁਣ ਆਪਾਂ ਜਹਾਜ਼ ਤਿਆਰ ਕਰਨਾ ਹੋਵੇ ਜੀ ਉਹਦਾ ਗਿਆਨ ਕਿੱਥੋਂ ਲੈਣਾ ਪਊ? ਕਹਿੰਦਾ ਜੀ ਉਦੋਂ ਉਹਦਾ ਬਾਹਰੋਂ ਮਿਲੂ। ਮੈਂ ਕਿਹਾ ਜੀ ਫਿਰ ਉਹ ਗੁਰੂ ਨੀ? ਕਹਿੰਦਾ ਜੀ ਉਹ ਤਾਂ ਫਿਰ ਹੈਗਾ ਹੀ ਆ। ਮੈਂ ਕਿਹਾ ਜੀ ਫਿਰ ਤੁਸੀਂ ਕਲੀਅਰ ਗੱਲ ਕਿਉਂ ਨੀ ਦੱਸਦੇ? ਉਹ ਨਹੀਂ ਨਹੀਂ ਬਹਿਸ ਨੀ ਕਰਨੀ ਜੇ ਉਹ। ਮੈਂ ਕਿਹਾ ਜੀ ਬਹਿਸ ਵਾਲੀ ਗੱਲ ਨੀ, ਹਨਾ ਵੀ ਤੁਸੀਂ ਖੁੱਲ ਕੇ ਗੱਲ ਦੱਸੋ ਜਿਹੜੀ ਹੈਗੀ ਆ। ਇਦਾਂ ਹੀ ਸਵਾਲ ਇਹ ਚਾਹੁੰਦੇ ਨੀ ਨਾ ਕੋਈ ਸਵਾਲ ਕਰੇ ਮੂਹਰਿਓ, ਇਹ ਤਾਂ ਸਹੀ ਮੈਨੇ ਅੱਜ ਭੇਡਾਂ ਚਾਹੁੰਦੇ ਆ ਇਹ। ਹਾਂਜੀ ਹਾਂਜੀ। ਤੇ ਫਿਰ ਗੱਲ ਚੱਲ ਵੀ ਟਕਸਾਲ ਵਾਲੀ, ਮੈਂ ਕਿਹਾ ਜੀ ਤੁਸੀਂ ਵੀ ਟਕਸਾਲ ਵਾਲੇ, ਮੈਂ ਕਿਹਾ ਮਾੜਾ ਜਿਹਾ ਮੈਨੂੰ ਖੁੱਲ ਕੇ ਦੱਸੋ ਗੱਲ। ਕਹਿੰਦਾ ਵੀ ਜਿਹੜੇ ਨਿਰੰਕਾਰੀ ਤੇ ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਬਾਰੇ ਬਹੁਤ ਕੁਛ ਬੋਲਦੇ ਨੇ, ਕਹਿੰਦਾ ਉੱਥੋਂ ਲੜਾਈ ਚੱਲੀ ਆ। ਤੇ ਮੈਂ ਫਿਰ ਉਹੀ ਜਿਹੜੀ ਤੁਸੀਂ ਦੱਸੀ ਹੋਈ ਆ ਨਾ ਵੀ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਵੀ ਹਿੰਦੂ ਅੰਨਾ ਤੁਰਕੂ ਕਾਣਾ, ਮੈਂ ਕਿਹਾ ਜੀ ਉਹ ਇਕੱਠੇ ਹੋ ਕੇ ਆ ਗਏ ਫਿਰ ਆਪਾਂ ਕੀ ਕਰਾਂਗੇ? ਉਹਨਾਂ ਬਾਰੇ ਵੀ ਤਾਂ ਲਿਖਿਆ ਹੀ ਆ। ਮੈਨੂੰ ਕਹਿੰਦਾ ਜੀ ਫਿਰ ਲੜਾਈ ਤਾਂ ਹੋਊਗੀ। ਮੈਂ ਕਿਹਾ ਫਿਰ ਤਾਂ ਠੀਕ ਆ ਜੋ ਚੱਲ ਰਿਹਾ, ਜਦੋਂ ਆਪਾਂ ਕਿਸੇ ਬਾਰੇ ਹਨਾ ਕਹਿ ਰਹੇ ਹਾਂ ਕੋਈ ਅਗਲੇ ਨੂੰ ਵੀ ਹੱਕ ਆ ਕਹਿਣ ਵਾ, ਕਹਿਣ ਦਾ ਹੱਕ ਆ ਬਿਲਕੁਲ। ਤੇ ਭਾਜੀ ਜਦੋਂ ਕਲਾਸ ਖਤਮ ਹੋਈ ਨਾ ਬਾਹਰ ਆ ਗਏ ਮੁੰਡੇ ਦੋ ਟਕਸਾਲ ਵਾਲੇ, ਉਹ ਆਪਣੇ ਪਿੰਡ ਵਾਲੇ ਗ੍ਰੰਥੀ ਤੋਂ ਸੰਥਿਆ ਲੈਣ ਆਉਂਦੇ ਗੁਰਬਾਣੀ ਦੀ। ਠੀਕ ਆ ਜੀ। ਚਲੋ ਜੀ ਉੱਥੇ ਖੜ ਗਏ ਅਸੀਂ ਹਨਾ ਜੀ। ਉਹਨੇ ਪੱਧਰ ਦੀ ਗੱਲ ਕਰਦਾ ਜਿਵੇਂ ਬਲਜਿੰਦਰ ਭਾਜੀ ਕਹਿੰਦੇ ਮੈਨੂੰ ਵੀ ਸੇਮ ਸੇਮ ਹੋ ਰਿਹਾ ਕੰਮਾਂ ਨਾ ਉਸੇ ਲੈਵਲ ਤੇ ਜਾ ਰਹੇ ਨੇ। ਤੇ ਉਹ ਭਾਜੀ ਆਪਣਾ ਬਾਹਰ ਆਏ ਜਦੋਂ ਉਹਨਾਂ ਨਾਲ ਚਲੋ ਗੱਲੀ ਲੱਗ ਗਏ ਸੀ ਹਨਾ, ਉਹ ਬੰਦੇ ਰਣਜੀਤ ਸਿੰਘ ਨੂੰ ਵੀ ਸੁਣਦੇ ਆ। ਹੁਣ ਇਹਨਾਂ ਨੂੰ ਤੁਹਾਨੂੰ ਪਤਾ ਹੀ ਆ ਜੀ ਜਾਗਰੂਕ ਇਹਦੇ ਥੱਲੇ ਕੰਮ ਕਰਦੇ ਨੇ, ਗੁਰਬਾਣੀ ਬਾਰੇ ਨੌਲੇਜ ਆ ਜੀ ਇਹਨੇ, ਪੰਜ ਸੱਤ ਪੰਕਤੀਆਂ ਚੋਂ ਉਲਝਾ ਲਏ ਉਹ ਬੰਦੇ। ਚਲੋ ਕੋਈ ਮੈਂ ਖੜਾ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਜੀ ਆਪਣਾ ਟਕਸਾਲ ਵਾਲੇ ਜੋ ਪੜ੍ਹੀ ਆ ਗੁਰਬਾਣੀ ਪਾਠ ਦਰਸ਼ਨ ਆ ਸ਼ਾਇਦ ਹਨਾ ਜੀ। ਹਾਂਜੀ। ਮੈਂ ਕਿਹਾ ਜੀ ਉਹਦੇ ਵਿੱਚ ਗੁਰੂਆਂ ਬਾਰੇ ਬਹੁਤ ਕੁਛ ਲਿਖਿਆ ਹੋਇਆ ਆ। ਤੇ ਇਹਨਾਂ ਤੋਂ ਜਾਗਰੂਕਾਂ ਦਾ ਚੇਲਾ ਪਤਾ ਕੀ ਕਹਿੰਦਾ? ਕਹਿੰਦਾ ਤੂੰ ਇਹ ਗੱਲ ਨੀ ਕਰ ਸਕਦਾ ਵੀ ਕੀ ਲਿਖਿਆ ਹੋਇਆ, ਕਹਿੰਦਾ ਤੈਨੂੰ ਪਤਾ ਵਿਆਕਰਨ ਕੌਣ ਦੇ ਕੇ ਗਿਆ? ਮੈਂ ਕਿਹਾ ਜੀ ਕੌਣ? ਕਹਿੰਦਾ ਠਾਕੁਰ ਸਿੰਘ ਦੇ ਕੇ ਗਿਆ। ਮੈਂ ਕਿਹਾ ਯਾਰ ਕਮਾਲ ਹੋਊਗੀ ਵੀ ਗੁਰੂਆਂ ਬਾਰੇ ਤਾਂ ਕੀ ਕੁਛ ਲਿਖਿਆ ਪਿਆ ਹਨਾ, ਵੀ ਤੂੰ ਕੱਲੀ ਵਿਆਕਰਨ ਤੇ ਅੜਿਆ ਖੜਾ ਆ। ਠਾਕੁਰ ਸਿੰਘ ਤਾਂ ਹੁਣ ਹੋਇਆ, ਸਾਹਿਬ ਸਿੰਘ ਨੇ ਗ੍ਰਾਮਰ ਬਹੁਤ ਚਿਰਾਂ ਦੀ ਲਿਖੀ ਹੋਆ। ਉਹੀ ਗੱਲ ਆ ਜੀ, ਕਹਿੰਦਾ ਵੀ ਤੂੰ ਜਿਹੜੀ ਜਿਹੜੀ ਕਹਿੰਦਾ ਉਹਦੀ ਕੁਆਲਿਟੀ ਆ ਤੈਨੂੰ ਉਹ ਵੀ ਚੱਕਣੀ ਪਊਗੀ। ਤੁਸੀਂ ਚੱਕੀ ਰੱਖੋ ਭਰਾਵੋ ਤੁਸੀਂ ਹਨਾ। ਹਾਂ ਇੰਨਾ ਤਾਂ ਨਾ ਮੈਂ ਕਿਹਾ ਥੱਲੇ ਆਓ ਵੀ ਮਾੜਾ ਮੋਟਾ ਤਾਂ ਸੋਚੋ। ਤੇ ਐਵੇਂ ਦੀਆਂ ਗੱਲਾਂ ਭਾਜੀ ਹੁਣੇ ਕਰ ਰਹੇ ਨੇ ਪਿੰਡਾਂ ਦੇ ਵਿੱਚ ਜਾ ਕੇ ਸ਼ਮਾਹੀ ਮੀਟਿੰਗ ਦੇ ਵਿੱਚ। ਉਹ ਖਾਸ ਬੰਦਾ ਹੈ ਜੀ ਇਹਨਾਂ ਦਾ ਪੂਰਾ। ਨਹੀਂ ਬਸ ਉਹ ਭਾਈ ਭਾਈ ਬਣ ਗਏ ਜੀ, ਅਸੀਂ ਤਾਂ ਸਾਨੂੰ ਤਾਂ ਸੀਗਾ ਵੀ ਇੱਦਾਂ ਥੋੜਾ ਬਹੁਤਾ ਠਹਿਰ ਕੇ, ਪਰ ਇਹਨਾਂ ਲਈ ਚਾਰਾ ਕੋਈ ਨੀ ਹੁਣ। ਬਾਕੀ ਵੀ ਹਰ ਗੱਲ ਅਸੀਂ ਸ਼ੁਰੂ ਚ ਵੀ ਗੱਲ ਕਰਦੇ ਸੀ ਵੀਰਾ, ਜੋ ਕੁਛ ਨਾ ਢੱਡਰੀਆਂ ਵਾਲਿਆਂ ਬਾਰੇ ਕਹਿੰਦੇ ਆ ਇਹ ਕਹਿ ਕੇ ਟਕਸਾਲ ਨੂੰ ਇਸ਼ਾਰਾ ਕਰ ਰਹੇ ਆ, ਸੰਪਰਦਾਵਾਂ ਨੂੰ ਦੱਸ ਰਹੇ ਵੀ ਅਸੀਂ ਉਹਨਾਂ ਦੇ ਨਾਲ ਦੇ ਨਹੀਂ ਹੈਗੇ, ਉਹ ਬੰਦੇ ਜ਼ਿਆਦਾ ਖਰਾਬੀਆਂ ਕਰਦੇ ਆ, ਵੀ ਤੁਸੀਂ ਜੋ ਕਹਿਣਾ ਉਹਨਾਂ ਨੂੰ ਕਹੋ। ਬਿਲਕੁਲ ਭਾਜੀ ਬਿਲਕੁਲ। ਨਾਲੇ ਭਾਜੀ ਇੱਕ ਗੱਲ ਹੋਰ ਹੈ, ਜੇ ਮੰਨ ਲਓ ਆਪਾਂ ਸੜਕ ਤੇ ਖੜੇ ਆ ਹਨਾ, ਆਪਾਂ ਲਿਫਟ ਮੰਗ ਰਹੇ ਹਾਂ, ਅਗਲੇ ਨੇ ਆਪਾਂ ਨੂੰ ਕਿਸੇ ਨੇ ਗੱਡੀ ਚ ਬਿਠਾ ਲਿਆ ਮੁੰਡੇ, ਅੱਗੇ ਜਾ ਕੇ ਜਿੱਥੇ ਆਪਾਂ ਨੂੰ ਤਾਰਨਾ ਸੀ ਭਾਜੀ ਤਾਰਨ ਵੇਲੇ ਆਪਣੇ ਲੱਤ ਮਾਰ ਕੇ ਭਰਿਆ ਆਪਾਂ ਨੂੰ ਹਨਾ, ਜੇ ਹੁਣ ਉੱਥੇ ਆਪਾਂ ਕਹੀਏ ਵੀ ਲੱਤ ਕਿਉਂ ਮਾਰੀ ਆ ਤੇ ਅਗਲਾ ਕਹੀਂ ਵੀ ਲਿਫਟ ਵੀ ਤਾਂ ਦਿੱਤੀ ਆ ਜੀ, ਫਿਰ ਉੱਥੇ ਆਪਾਂ ਉੱਥੇ ਕੀ ਕਰਾਂਗੇ ਜੀ? ਮੈਨੂੰ ਤਾਂ ਨੀ ਸਮਝ ਆਉਂਦੀ ਵੀ ਇਹ ਬੰਦੇ ਕੀ ਕਰ ਰਹੇ ਆ, ਕੀ ਸੋਚ ਰਹੇ ਆ। ਨਹੀਂ ਜੀ, ਇਹਨਾਂ ਲਈ ਸਮਝਣ ਲਈ ਤੁਹਾਨੂੰ ਉਹਨਾਂ ਦੇ ਪੱਧਰ ਤੇ ਜਾ ਕੇ ਹੀ ਡਿੱਗ ਕੇ ਸੋਚਣਾ ਪੈਣਾ ਆ। ਇਸ ਲਈ ਬਿਹਤਰ ਇਹ ਆ ਵੀ ਜਿਹੜੀ ਗੱਲ ਕਾਮਨ ਸੈਂਸ ਤੇ ਜਿਹੜੀ ਸਾਡੀ ਤੇ ਪੂਰੀ ਨਹੀਂ ਉਤਰ ਰਹੀ, ਸਾਨੂੰ ਲੱਗ ਰਿਹਾ ਵੀ ਨਹੀਂ ਨਹੀਂ ਯਾਰ ਇੱਦਾਂ ਨਹੀਂ ਹੋ ਸਕਦੀ, ਬਸ ਉਹਨੂੰ ਛੱਡ ਦਈਏ, ਆਪਣੇ ਰਾਹ ਤੁਰੇ ਰਹੀਏ, ਇਹ ਬੰਦਿਆਂ ਨੇ ਗਰਕਣਾ ਆ। ਔਰ ਜਿੰਨਾ ਮਰਜ਼ੀ ਵੱਡੀ ਗੱਲ ਇਹ ਹੋਈ ਆ ਵੀਰਾ ਅੱਜ ਪਈ, ਸਾਨੂੰ ਇਹ ਸੋਚਣ ਦਾ ਨਾ ਇਹ ਦੇਖਣ ਦਾ ਮੌਕਾ ਮਿਲ ਗਿਆ, ਸਾਡੇ ਮੂਹਰੇ ਕੋਈ ਬੰਦਾ ਖੜਾ ਹੋ ਗਿਆ ਆ। ਸਭ ਤੋਂ ਪਹਿਲਾਂ ਦੇਖੋ, ਹੁਣ ਜੋ ਤੁਸੀਂ ਬੈਠੇ ਸੋਚ ਰਹੇ ਕੱਲੇ, ਤੁਸੀਂ ਅੱਜ ਰੇਡੀਓ ਤੇ ਬੋਲੇ ਆ, ਇਹ ਤੋਂ ਪਹਿਲਾਂ ਕਿੰਨੀ ਵਾਰੀ ਤੁਹਾਨੂੰ ਇਹ ਗੱਲਾਂ ਕਿਤੇ ਤੁਸੀਂ ਇੱਦਾਂ ਕਿਸੇ ਵੀਡੀਓ ਚ ਕਿਸੇ ਇੱਦਾਂ ਦੀ ਜਗ੍ਹਾ ਕੀਤੀਆਂ ਹੋਣ ਜਿੰਨੀਆਂ ਢੱਡਰੀਆਂ ਵਾਲਿਆਂ ਨੇ ਔਨ ਏਅਰ ਕਹਿ ਦਿੱਤੀਆਂ ਆ, ਇੱਦਾਂ ਲਾਈਵ ਹੋ ਕੇ ਕਹਿ ਦਿੱਤੀਆਂ ਆ,
ਉਹ ਚੀਜ਼ਾਂ ਨੇ ਸਾਨੂੰ ਹੌਸਲਾ ਦੇ ਦਿੱਤਾ ਵੀ ਜੇ ਇੱਕ ਬੰਦਾ 20-50 ਹਜ਼ਾਰ ਦੇ ਇਕੱਠ ਵਿੱਚ ਬੈਠ ਕੇ ਗੱਲ ਕਰ ਸਕਦਾ ਆ ਤੇ ਸਾਨੂੰ ਸੋਚਣ ਤੋਂ ਕਾਤੇ ਡਰ ਲੱਗਦਾ, ਅਸੀਂ ਕਿਉਂ ਨੀ ਸੋਚਦੇ। ਸਹੀ ਹੈ ਜੀ, ਬਿਲਕੁਲ। ਬਸ ਉਹ ਜਿਹੜਾ ਪੱਖ ਹੈ ਨਾ, ਜਦੋਂ ਉਹਨੂੰ ਵਿਚਾਰੂਗੇ ਫਿਰ ਹੌਸਲਾ। ਗੁਰੂ ਸਾਹਿਬ ਵੇਲੇ ਸਾਰਾ ਕੁਛ ਜੋ ਹੋਇਆ ਇਹੀ ਹੋਇਆ ਆ ਵੀ ਉਹਨਾਂ ਨੇ, ਗੁਰੂ ਸਾਹਿਬ ਨੇ ਇਸ ਤਰੀਕੇ ਨਾਲ ਮੂਹਰੇ ਪੂਰਨੇ ਪਾ ਕੇ, ਜਿਹਨੂੰ ਅਸੀਂ ਕਹਿੰਦੇ ਨਾ ਵੀ ਗਾਡੀ ਰਾਹ, ਇੱਕ ਪੈਹਾ ਬਣਾ ਦਿੱਤਾ ਸਾਡੇ ਸਾਹਮਣੇ, ਇੱਦਾਂ ਲੰਘ ਕੇ ਇੱਦਾਂ ਦੱਸ ਦਿੱਤਾ। ਜੇ ਹੁਣ ਤੁਸੀਂ ਕਿਸੇ ਜੰਗਲ 'ਚ ਹੀ ਲੰਘਣਾ, ਮੂਹਰੇ ਬੰਦਾ ਕਹਿੰਦਾ ਯਾਰ ਆ ਝਾੜੀਆਂ ਡਰ ਬੜਾ ਲੱਗਦਾ, ਹੁਣ ਮੂਹਰੇ ਕੋ ਬੰਦਾ ਹੱਥ 'ਚ ਦਾਤ ਫੜ ਕੇ ਇੱਦਾਂ ਤੁਰਿਆ ਜਾਵੇ, ਮੂਹਰੇ ਛਿੱਟੀਆਂ ਛਾਂਗ ਦੇਵੇ, ਇੱਦਾਂ ਕਰਕੇ ਲੰਘਣ ਜੋਗਾ ਰਾਹ ਬਣਾ ਕੇ ਕਹੇ ਪਹਿਲਾਂ ਕੀ ਗੱਲ ਹੋਈ ਆ ਦੇਖ, ਤਾਂ ਫਿਰ ਸੌਖਾ ਨਹੀਂ ਹੁੰਦਾ ਮਗਰ ਜਾਣਾ। ਹਾਂਜੀ ਹਾਂਜੀ, ਬਿਲਕੁਲ। ਬਸ ਉਹ ਅੱਜ ਸਾਡੇ ਮੂਹਰੇ ਅੱਜ ਦੇ ਸਮੇਂ ਚ ਜਾਣੀ ਜੇ ਕਹੀਏ ਵੀ ਢੱਡਰੀਆਂ ਵਾਲਿਆਂ ਨੇ ਉਹ ਰਾਹ ਬਣਾ ਦਿੱਤਾ ਸਾਡੇ ਮੂਹਰੇ, ਜੇ ਤੋਂ ਦੇਖ ਕੇ ਸਾਨੂੰ ਲੱਗਦਾ ਵੀ ਅਸੀਂ ਕਿਉਂ ਡਰੀ ਜਾਂਦੇ ਹਾਂ। ਹਾਂਜੀ ਹਾਂਜੀ, ਬਾਕੀ ਵੀ ਸਰੋਤਿਆਂ ਨੂੰ ਇਹੀ ਬੇਨਤੀ ਆ ਜੀ ਵੀ ਅਸੀਂ ਜੇ ਹੋਰ ਕੁਛ ਨੀ ਕਰ ਸਕਦੇ, ਇਕੱਲੇ ਬੈਠ ਕੇ ਆਪਣੇ ਘਰ ਚ ਬੈਠ ਕੇ ਇਕੱਲੇ ਸੋਚ ਤਾਂ ਸਕਦੇ ਹਾਂ ਵੀ ਗਲਤ ਕੀ ਆ ਤੇ ਠੀਕ ਕੀ ਆ, ਬਸ ਇੰਨਾ ਕਰ ਲਈਏ। ਨਾਲੇ ਭਾਜੀ ਇੱਕ ਜਿਹੜੀ ਇੱਕ ਹੋਰ ਬਿਰਤੀ ਦੀ ਗੱਲ ਕਰਦੇ ਹੁੰਦੇ, ਉਹ ਪਤਾ ਨੀ ਕਿੱਥੇ ਗਈ ਹੁਣ ਇਹਨਾਂ ਦੀ, ਪਤਾ ਨੀ ਕਿਹੜੀ ਬਿਰਤੀ, ਹੱਸ ਬਿਰਤੀ ਹੈ ਨਾ ਜੀ, ਉਹ ਪਤਾ ਨੀ ਥੋੜੇ ਜਿਹੇ ਮਹੀਨਿਆਂ ਕਦੋਂ ਖੋਈ ਗਈ ਕਿੱਧਰ ਇਹਨਾਂ ਦੀ, ਉਹ ਛੱਡੀ ਦਿੱਤੀ ਇਹਨਾਂ ਨੇ। ਨਹੀਂ ਨਹੀਂ, ਉਹ ਕਿੱਥੇ ਕਿੱਥੇ ਕਿਹੜੀ ਹੰਸ ਉਸ ਬਿਰਤੀ ਰਹਿਣੀ ਉੱਥੇ। ਇਹ ਪਹਿਲਾਂ ਨਾ ਭਾਜੀ ਮੈਂ ਇਹਨਾਂ ਨੂੰ ਸੁਣਦਾ ਹੁੰਦਾ ਕਿ ਇਹਨਾਂ ਨੇ ਹੱਸ ਬਿਰਤੀ ਦੇ ਨਾਮ ਤੇ ਇੰਨਾ ਕਲਜਾ ਕੇ ਰੱਖਿਆ ਨਾ, ਜੇ ਕੋਈ ਵੀ ਮਨ ਦੇ ਵਿੱਚ ਦੇਖੋ ਸਵਾਲ ਖੜੇ ਹੁੰਦੇ ਤੇ ਜੀ, ਹਨਾ, ਜਿਵੇਂ ਦਸਮ ਗ੍ਰੰਥ ਮੈਂ ਘਰੇ ਲਿਆ ਕੇ ਖੁਦ ਪੜ੍ਹਨਾ ਸ਼ੁਰੂ ਕਰਿਆ, ਜਦੋਂ ਇਹਨਾਂ ਦੀ ਜਦੋਂ ਨਵਾਂ ਲੱਗਦਾ ਜੀ ਇਹਨਾਂ ਦੀ ਮਾੜੀ ਮੋਟੀ ਮੱਤ ਲੈਂਦਾ, ਹਨਾ, ਇਹੀ ਗੱਲ ਕਹਿ ਦੇਣੀ ਕਿ ਹੱਸ ਬਿਰਤੀ ਨਾਲ ਵਧੀਆ ਵਧੀਆ ਚੱਕ ਲਓ। ਆਪਾਂ ਨੂੰ ਜੀ ਹੁਣ ਗੰਗੂ ਬਾਹਮਣ ਗੁਰੂ ਘਰ ਦਾ ਰਸੋਈ ਆ ਕਿੰਨੇ ਸਾਲ ਰਿਹਾ ਜੀ, ਉੱਥੇ ਵੀ ਹੱਸ ਬਿਰਤੀ ਲਾਉਣੀਆਂ ਪੈਣੀਆਂ, ਰੋਟੀਆਂ ਪਕਾਈਆਂ ਅਗਲੇ ਨੇ ਜੀ। ਚਲੋ ਠੀਕ ਹੈ ਭਾਜੀ, ਕਰੋ ਕੈਰੀ ਓਨ ਜੀ। ਥੈਂਕ ਯੂ ਜੀ, ਸਾਡਾ ਟਾਈਮ ਵੀ ਹੋ ਗਿਆ ਤੇ ਅਸੀਂ ਧੰਨਵਾਦ ਜੀ, ਅਸੀਂ ਕਰੀਏ ਸਮਾਪਤੀ ਜੀ। ਤੇ ਹੁਣ ਸੋਮਵਾਰ ਨੂੰ, ਕੱਲ ਨੂੰ ਸਪੈਸ਼ਲ ਪ੍ਰੋਗਰਾਮ ਹੁੰਦਾ ਜੀ, ਮੰਗਲਵਾਰ ਨੂੰ ਸਾਂਝ ਵਿਚਾਰਾਂ ਦੀ, ਬੁੱਧਵਾਰ ਆਪਾਂ ਮਿਲਾਂਗੇ ਤੁਹਾਨੂੰ ਸਿੱਖ ਪਾਤਸ਼ਾਹੀ ਪ੍ਰੋਗਰਾਮ ਵਿੱਚ। ਉਸ ਵੇਲੇ ਤੱਕ ਦੇਖਾਂਗੇ ਪ੍ਰਭਦੀਪ ਕਿੱਥੇ ਗਿਆ, ਜਾਂ ਫਿਰ ਜੇ ਅਸੀਂ ਢਿੱਲੋਂ ਵਾਲੀ ਜਿਹੜੀ ਗੱਲਬਾਤ ਆ ਉਹ ਤੇ ਕੁਛ ਕਰਨਾ ਹੋਇਆ, ਠੀਕ ਆਉਣ ਵਾਲੇ ਸਮੇਂ ਦੇਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।